ਤੇ ਸਿੱਖਦਾ ਉਹੀ ਹੈ ਜਿਹਨੂੰ ਜਿਹੜਾ ਬੰਦਾ ਸਮਝੇ ਕਿ ਮੈਂ ਇਸ ਲਾਈਨ ਦੇ ਉੱਤੇ ਆਉਣਾ। ਇਹਦੇ ਵਿੱਚ ਮੈਂ ਇਹੀ ਸਮਝਦਾ ਕਿ ਅਗਰ ਤੁਹਾਡੇ 'ਤੇ ਆਪਣੇ ਗੁਰੂ ਦਾ ਹੱਥ ਹੁੰਦਾ ਜੀ ਤੇ ਉਹ ਬੰਦਾ ਫਿਰ ਹਮੇਸ਼ਾ ਤੁਹਾਡੇ ਦਿਲਾਂ ਤੱਕ ਪਹੁੰਚਦਾ ਹੀ ਰਹਿੰਦਾ, ਭਾਵੇਂ ਗਾਣੇ ਆਉਣ ਤੇ ਭਾਵੇਂ ਗਾਣੇ ਨਾ। ਸ਼ਬਦ ਬਹੁਤ ਘੱਟ ਪੈ ਜਾਣਗੇ। ਸਾਡੇ ਨਾਲ ਅੱਜ ਮੌਜੂਦ ਨੇ ਵਨ ਐਂਡ ਓਨਲੀ ਬੁੱਢਾ ਮੁਹੰਮਦ ਜੀ। ਬੁੱਢਾ ਮੁਹੰਮਦ ਜੀ, ਵੈਲਕਮ ਟੂ ਸਟੂਡੀਓ, ਕਿਵੇਂ ਹੋ? ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ, ਪੂਰੇ ਅਵਾਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ, ਔਰ ਦੂਸਰਾ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ, NRI ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ, ਔਰ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਮੈਨੂੰ ਅੱਜ ਯਾਦ ਰੱਖਿਆ ਔਰ ਯਾਦ ਕੀਤਾ ਅਤੇ ਆਪਣੇ ਸਟੂਡੀਓ 'ਚ ਬੁਲਾਇਆ। ਮੈਂ ਬੇਹੱਦ ਪ੍ਰੀਤ ਜੀ ਤੁਹਾਡਾ ਸ਼ੁਕਰਗੁਜ਼ਾਰ। ਸਰ, ਗਾਣਿਆਂ ਦੀ ਤਾਂ ਗੱਲ ਕਰਾਂਗੇ, ਪਰ ਜੇ ਬੁੱਢਾ ਮੁਹੰਮਦ ਜੀ ਨੂੰ ਅੱਜ ਤੋਂ 2 ਦਹਾਕੇ ਪਿੱਛੇ ਲੈ ਜਾਈਏ, ਅੱਜ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਤੁਸੀਂ? ਮੈਂ ਜਿੱਥੇ ਹੈਗਾ ਮੈਂ ਉੱਥੇ ਦੇਖ ਰਿਹਾ, ਅਤੇ ਐਕਚੁਲੀ ਬੰਦਾ ਕਿਤੇ ਨਹੀਂ ਹੁੰਦਾ ਜੀ, ਬਸ ਇਹ ਹੈ ਕਿ ਤੁਹਾਨੂੰ ਪਬਲਿਕ ਦਾ ਪਿਆਰ ਕਿੰਨਾ ਮਿਲਦਾ, ਤੁਹਾਨੂੰ ਜਿਸ ਵੀ ਕਿੱਤੇ ਵਿੱਚ ਤੁਸੀਂ ਮੌਜੂਦ ਹੈਗੇ ਆ, ਉਸ ਕਿੱਤੇ 'ਚ ਤੁਹਾਡਾ ਕਿੱਥੇ ਕੁ ਤੁਸੀਂ ਸਟੈਂਡ ਕਰਦੇ ਆ, ਇਹ ਤੁਹਾਨੂੰ ਕੋਈ ਨਾਪਣ ਤੋਲਣ ਵਾਲੀ ਚੀਜ਼ ਨਹੀਂ ਹੈ। ਬਿਲਕੁਲ, ਪਰ ਆਡੀਅੰਸ ਦੱਸ ਦਿੰਦੀ ਹੈ, ਆਡੀਅੰਸ ਦਾ ਜੋ ਪਿਆਰ ਹੈ ਉਹਨਾਂ ਦਾ ਤੁਹਾਨੂੰ ਦੇਖਣ ਦਾ, ਤੁਹਾਨੂੰ ਪਿਆਰ ਕਰਨ ਦਾ ਜੋ ਨਜ਼ਰੀਆ ਉਹ ਬਿਲਕੁਲ ਚੇਂਜ ਹੋ ਜਾਂਦਾ ਹੈ। ਬਿਲਕੁਲ ਜੀ, ਬਿਲਕੁਲ। ਸੋ ਸਰ, ਤੁਸੀਂ ਅਖਾੜੇ ਪਹਿਲਾਂ ਵੀ ਲਗਾਉਂਦੇ ਸੀ, ਹੁਣ ਵੀ ਲਗਾਉਂਦੇ ਹੋ, ਹੈ ਨਾ? ਹਾਂਜੀ। ਪਰ ਜਿਹੜੀ ਆਡੀਅੰਸ ਹੈ ਉਸਦੇ ਵਿੱਚ ਤੁਹਾਨੂੰ ਕੁਝ ਫਰਕ ਲੱਗਦਾ ਹੈ ਜਾਂ ਆਪਣੇ ਆਪ ਦੇ ਵਿੱਚ ਕੁਝ ਫਰਕ ਲੱਗਦਾ ਹੈ? ਦੇਖੋ, ਫਰਕ ਤੇ ਯੁੱਗ ਜਿਵੇਂ ਚੇਂਜ ਹੁੰਦਾ ਉਹਦੇ ਨਾਲ ਪੈਂਦਾ ਹੈ ਫਰਕ, ਲੇਕਿਨ ਸਾਡੇ ਸੁਣਨ ਵਾਲੇ ਉਹੀ ਨੇ, ਤੇ ਜਿੱਦਾਂ ਜਿੱਦਾਂ ਵਕਤ ਬੀਤਦਾ, ਸਮਾਂ ਬੀਤਦਾ ਆ, ਤੇ ਸਾਡੀ ਲਾਈਨ ਦੇ ਵਿੱਚ ਵੀ ਜਿਵੇਂ ਆਪਾਂ ਕਹਿ ਲਈਏ ਵੀ ਫੈਸ਼ਨ ਆਇਆ, ਫੈਸ਼ਨ ਦੇ ਵਿੱਚ ਇੱਕ ਫੈਸ਼ਨ ਆਇਆ ਕਿ ਬੈਲ ਬੋਟਮ ਆ ਗਈ, ਉਹ ਸ਼ਾਇਦ ਤੁਸੀਂ ਦੇਖੀ ਹੋਣੀ ਆ, ਤੇ ਬੈਲ ਬੋਟਮ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਨੋਰਮਲ ਜੀ ਮਤਲਬ ਰੱਖਣ ਲੱਗ ਪਿਆ, ਹੁਣ ਬਿਲਕੁਲ ਟਾਈਟ ਜੀਨਾਂ ਆ ਗਈਆਂ, ਜਿਹੜਾ ਮਤਲਬ ਸਲਿਮ, ਜਿਹੜੀਆਂ ਬਹੁਤ ਹੀ ਸਲਿਮ, ਤੇ ਇਸ ਤਰੀਕੇ ਨਾਲ ਮਤਲਬ ਫੈਸ਼ਨ ਬਦਲਦਾ। ਇਸੇ ਤਰੀਕੇ ਨਾਲ ਥੋੜ੍ਹਾ ਗਾਣਾ ਜਿਹੜਾ ਸੰਗੀਤ ਜਿਹੜਾ ਆ, ਸੰਗੀਤ ਤਾਂ ਖੈਰ ਕੋਈ ਬੰਦਾ ਸਰਗਮ ਨੂੰ ਨਹੀਂ ਬਦਲ ਸਕਿਆ, ਕੋਈ ਰਾਗ ਨੂੰ ਨਹੀਂ ਬਦਲ ਸਕਿਆ, ਲੇਕਿਨ ਆਲਮ ਦੁਨੀਆ ਮੇਂ ਕੋਈ ਚੀਜ਼ ਨਈ ਨਹੀਂ ਹੋਤੀ, ਆਲਮ ਦੁਨੀਆ ਮੇਂ ਕੋਈ ਚੀਜ਼ ਨਈ ਨਹੀਂ ਹੋਤੀ, ਲੇਕਿਨ ਅੰਦਾਜ਼ੇ ਪਿਆ ਉਸੇ ਨਯਾ ਬਣਾ ਦਿੱਤਾ ਹੈ। ਹਰ ਜਦੋਂ ਜਿਵੇਂ ਜਿਵੇਂ ਸਮਾਂ ਬੀਤਦਾ, ਤੇ ਕੋਈ ਨਾ ਕੋਈ ਕਲਾਕਾਰ ਸਾਡਾ ਭਰਾ ਇਹੋ ਜਿਹਾ ਆ ਜਾਂਦਾ ਕਿ ਉਹ ਆਪਣੇ ਤਰੀਕੇ ਦਾ ਗਾਣਾ ਜਦੋਂ ਲੈ ਕੇ ਆਉਂਦਾ ਤੇ ਨੁਹਾਰ ਬਦਲ ਜਾਂਦੀ ਹੈ, ਤੇ ਲੋਕਾਂ ਨੂੰ ਉਹ ਚੰਗਾ ਲੱਗਦਾ। ਸਿੰਧੀ, ਚੰਗੇ ਤਾਂ ਤੁਸੀਂ ਵੀ ਲੱਗਦੇ ਹੋ, ਬਸ ਇਹ ਹੁੰਦਾ ਹੈ ਕਿ ਉਹ ਥੋੜਾ ਜਿਹਾ ਕਹਿ ਦਿੰਦੇ ਕਿ ਹਰੇਕ ਬੰਦੇ ਦਾ ਜੋਨ ਹੁੰਦਾ, ਹੈ ਨਾ, ਕਿ ਕੋਈ ਰੋਮਾਂਟਿਕ ਗਾਉਂਦਾ ਹੈ, ਕੋਈ ਬੀਟ ਗਾਉਂਦਾ, ਹੈ ਨਾ, ਪਰ ਤੁਸੀਂ ਸਾਨੂੰ ਬਹੁਤ ਪਜ਼ਲ ਕੀਤਾ ਹੋਇਆ ਕਿ ਤੁਹਾਡਾ ਜੋਨ ਕਿਹੜਾ ਹੈ, ਤੁਸੀਂ ਤਾਂ ਹਰੇਕ ਤਰ੍ਹਾਂ ਦੇ ਗਾਣੇ ਗਾਉਂਦੇ ਹੋ। ਦੇਖੋ, ਗੱਲ ਇਹ, ਮੇਰਾ ਮੰਨਣਾ ਇਹ ਹੈ ਕਿ ਅਸੀਂ ਇੱਕ ਚੀਜ਼ ਦੇ ਵਿੱਚ ਡਿਪੈਂਡ ਨਹੀਂ ਹੋਣਾ ਚਾਹੀਦਾ। ਅਸੀਂ ਜੇ ਗੱਲ ਕਰੀਏ ਇੱਕ ਸੱਭਿਆਚਾਰ ਗਾਣੇ ਦੀ, ਤੇ ਉਹਦੇ ਵਿੱਚ ਬੀਟ ਵੀ ਆ ਜਾਂਦਾ, ਉਹਦੇ ਵਿੱਚ ਸੈਡ ਵੀ ਆ ਜਾਂਦੇ ਆ, ਰੋਮਾਂਟਿਕ ਸੌਂਗ ਵੀ ਆ ਜਾਂਦੇ, ਔਰ ਜੇ ਫਿਰ ਆਪਾਂ ਉਹ ਵੀ ਮੌਸੀਕੀ ਹੈ ਕਿ ਜੇ ਅਸੀਂ ਸੂਫੀਆਨਾ ਗਾਉਂਦੇ ਹਾਂ ਫਿਰ ਸਾਡਾ ਉਦਾਂ ਦਾ ਮਤਲਬ ਨੈਚੁਰਲੀ ਸਾਡੀ ਸੰਗੀਤ ਦੇ ਵਿੱਚੋਂ ਹੀ ਸਾਨੂੰ ਸਹਾਰਾ ਮਿਲਦਾ, ਇੱਕ ਸਿਰਫ ਲਫਾਜ਼ ਜਿਹੜੇ ਆ ਉਹਨਾਂ ਦਾ ਤਬਦੀਲੀ ਹੋ ਜਾਂਦੀ ਹੈ, ਸੰਗੀਤ ਦਾ ਸਪੋਰਟ ਸਾਨੂੰ ਉਹੀ ਹੈ, ਅਤੇ ਅਸੀਂ ਸੂਫੀ ਵੀ ਗਾ ਲੈਂਦੇ ਹਾਂ, ਫਿਰ ਹੌਲੀ ਹੌਲੀ ਅਸੀਂ ਜਿਹੜਾ ਜਾਗਰਨ ਹੈ ਉਹ ਸ਼ੇਰਾਂ ਵਾਲੀ ਮਾਂ, ਜਗਤ ਜਨਮੀ ਮਾਂ, ਮਾਂ ਦਾ ਜਾਗਰਨ ਵੀ ਕਰ ਲਈਦਾ, ਇਸ ਕਰਕੇ ਤੁਸੀਂ ਹਰਫੁਲ ਮੌਲਾ ਹੋਣੇ ਚਾਹੀਦੇ ਆ। ਸੋ ਸਰ, ਸੂਫੀ ਦੀ ਗੱਲ ਕਰੀਏ ਤੇ ਤੁਹਾਡਾ ਹੁਣੇ ਇੱਕ ਸੌਂਗ ਆਇਆ ਯਾਦ ਦਾ ਦੀਵਾਨਾ, ਠੀਕ ਹੈ, ਕਈਆਂ ਦੇ ਲਈ ਉਹ ਸੂਫੀ ਹੈ, ਕਈਆਂ ਦੇ ਲਈ ਉਹ ਰੋਮਾਂਟਿਕ ਹੈ ਸੌਂਗ, ਸੋ ਮੈਂ ਚਾਹ ਰਹੀ ਸੀ ਜਿਹੜਾ ਸੌਂਗ ਹੈ ਉਸਨੂੰ ਦਰਸ਼ਕਾਂ ਵੱਲੋਂ ਤਾਂ ਕਾਫੀ ਪਿਆਰ ਮਿਲ ਹੀ ਰਿਹਾ ਹੈ, ਪਰ ਮੈਂ ਚਾਹ ਰਹੀ ਸੀ 2 ਲਾਈਨਾਂ ਸੁਣ ਲਈਏ। ਅੱਛਾ ਜੀ, ਜ਼ਰੂਰ। ਇਹ ਜਿਹੜਾ ਗਾਣਾ ਹੈ ਐਕਚੁਲੀ ਯਾਰ ਜਿਹੜਾ ਲਫ਼ਜ਼ ਹੈ ਨਾ ਜੀ, ਯਾਰ ਅਸੀਂ ਆਪਣੇ ਮੁਰਸ਼ਿਦ ਨੂੰ ਮਤਲਬ ਮੁਖਾਤਿਬ ਕਰਦੇ ਹਾਂ, ਅਤੇ ਪਰ ਜਿਹੜੀ ਹੁਣ ਮਤਲਬ ਕਹਿ ਲਈਏ ਵੀ 20-22 ਸਾਲ ਵਾਲੀ, 25 ਸਾਲ ਜਾਂ 18 ਸਾਲ ਵਾਲੀ ਏਜ ਆ, ਉਹਦੇ ਵਿੱਚ ਮੁਰਸ਼ਿਦ ਦੀ ਅਹਿਮੀਅਤ ਦਾ ਕਈ ਵਾਰੀ ਨਹੀਂ ਪਤਾ ਲੱਗਦਾ, ਅਤੇ ਉਹ ਯਾਰ ਫਿਰ ਉਹਨੂੰ ਸਮਝਦੇ ਆ
ਕਿ ਸ਼ਾਇਦ ਉਹੀ ਯਾਰ ਹੈ ਜਿਹੜੇ ਅੱਜ ਯਾਰ ਹੈ ਤੇ ਕੱਲ ਨੂੰ ਨਹੀਂ ਯਾਰ ਹੈ। ਖੈਰ ਇਹ ਜਿਹੜਾ ਗਾਣਾ ਉਹ ਮੇਰੇ ਮੈਂ ਸੂਫੀ ਇਹਨੂੰ ਕਰਿਆ ਸੀਗਾ ਅਮਦਾਦ ਅਲੀ ਦੇ ਮਿਊਜ਼ਿਕ ਵਿੱਚ, ਲੇਕਿਨ ਉਹ ਸਾਡਾ ਮੁੰਡਾ ਜਿਹੜਾ ਵੀਡੀਓ ਡਾਇਰੈਕਟਰ ਹੈ ਗੋਪੀ ਗੋਪੀ ਢਿੱਲੋਂ ਦੀ ਸੋਚ ਕੁਛ ਇੱਦਾਂ ਦੀ ਬਣ ਗਈ ਕਿ ਗਾਣਾ ਸੂਫੀ ਤਾਂ ਸਾਰਿਆਂ ਨੂੰ ਸਮਝ ਲੱਗਦਾ ਹੀ ਹੈ ਤੇ ਇਹਦਾ ਵੀਡੀਓ ਜਿਹੜਾ ਅਸੀਂ ਉਸ ਹਿਸਾਬ ਨਾਲ ਬਣਾ ਲਈਏ ਵੀ ਜਿਹੜੇ ਯੰਗਸਟਰ ਵੀ ਇਹਨੂੰ ਜੁੜ ਸਕਦੇ ਆ, ਔਰ ਹੋਇਆ ਵੀ ਇਸੇ ਤਰੀਕੇ ਨਾਲ। ਸੋ ਗਾਣਾ ਮੈਂ ਦੋ ਲੈਣਾ ਉਹਦੀਆਂ ਪੇਸ਼ ਕਰਨਾ ਤੇ ਲਾਲ ਭਾਜੀ ਨੇ ਲਾਲ ਅਠੌਲੀ ਵਾਲਾ ਤੇ ਉਹਨਾਂ ਨੇ ਗਾਣੇ ਤਾਂ ਬਹੁਤ ਪਹਿਲਾਂ ਵੀ ਲਿਖੇ ਆ, ਲੇਕਿਨ ਇਹ ਗਾਣਾ ਥੋੜ੍ਹਾ ਨਵੇਕਲਾ ਉਹਨਾਂ ਨਾਲੋਂ ਥੋੜ੍ਹਾ ਹਟਵਾਂ ਗਾਣਾ ਤੇ ਬਹੁਤ ਅੱਛਾ ਲਿਖਿਆ ਉਹਨਾਂ ਨੇ। ਸੋ ਉਹ ਗਾਣੇ ਦੇ ਬੋਲ ਹੈ ਕਰੀਏ ਸ਼ੁਰੂ ਜੀ ਬਿਲਕੁਲ। ਦਿਲ ਲਗੀ ਨੀ ਅਸੀਂ ਦਿਲ ਲਗੀ, ਦਿਲ ਲਗੀ ਨੀ ਅਸੀਂ ਦਿਲ ਲਗੀ ਨੀ ਦਿਲ ਖੋ ਗਿਆ, ਦਿਲ ਲਗੀ ਨੀ ਅਸੀਂ ਦਿਲ ਲਗੀ ਦਿਲ ਖੋ ਗਿਆ, ਯਾਰ ਦਾ ਦੀਵਾਨਾ ਦਿਲ ਹੋ ਗਿਆ, ਓ ਯਾਰ ਦਾ ਦੀਵਾਨਾ ਦਿਲ ਹੋ ਗਿਆ। ਹਾਸਿਆਂ ਦੇ ਵਿੱਚ ਹੱਸਦਾ ਮੇਰੇ, ਸਾਵਾਂ ਦੇ ਵਿੱਚ ਵਸਦਾ ਮੇਰੇ, ਜਿਸ ਘੜੀ ਨੀ ਮੇਰੀ ਅੱਖ ਲੜੀ, ਜਿਸ ਘੜੀ ਨੀ ਮੇਰੀ ਅੱਖ ਲੜੀ ਨੀ ਦਿਲ ਖੋ ਗਿਆ, ਯਾਰ ਦਾ ਦੀਵਾਨਾ ਦਿਲ ਹੋ ਗਿਆ, ਓ ਯਾਰ ਦਾ ਦੀਵਾਨਾ ਦਿਲ ਹੋ ਗਿਆ। ਵਾਹ ਜੀ ਵਾਹ ਸਰ, ਮੈਂ ਨਾ ਇੱਕ ਪਰਸਨਲੀ ਥੋਟ ਤੁਹਾਡੇ ਨਾਲ ਸ਼ੇਅਰ ਕਰਾਂ, ਇਹ ਬਿਲਕੁਲ ਆਊਟ ਆਫ ਸਿਲੇਬਸ ਹੈ, ਠੀਕ ਹੈ? ਠੀਕ ਹੈ, ਤੇ ਮੈਂ ਨਾ ਤੁਹਾਡੇ ਜਿਹੜੀ ਗਾਇਕੀ ਹੈ ਤੁਹਾਡੀ ਵਾਹ ਕਮਾਲ ਹੈ, ਕੋਈ ਸ਼ੱਕ ਨਹੀਂ ਹੈ ਵਾਹ ਕਮਾਲ ਗਾਇਕੀ ਹੈ, ਪਰ ਮੈਂ ਕਿਉਂ ਤੁਹਾਨੂੰ ਦੇਖ ਕੇ ਸਮਾਈਲ ਕਰਦੀ ਹਾਂ, ਕਿਉਂਕਿ ਜਦੋਂ ਤੁਸੀਂ ਗਾਉਂਦੇ ਹੋ ਨਾ ਨਾਲ ਦੀ ਨਾਲ ਤੁਹਾਡਾ ਭੰਗੜਾ ਤੁਹਾਡਾ ਡਾਂਸ ਅਮੇਜ਼ਿੰਗ, ਮਤਲਬ ਕਿ ਮੁਖੜੇ ਤੇ ਨਾ ਆਪਣੇ ਆਪ ਸਮਾਈਲ ਆ ਜਾਂਦੀ ਹੈ ਜਦੋਂ ਵੀ ਤੁਹਾਡੇ ਗਾਣੇ ਸੁਣਦੇ। ਇੰਨੀ એનર્ਜੀ ਕਿੱਥੋਂ ਆਉਂਦੀ ਹੈ? ਦੇਖੋ એનર્ਜੀ ਜੇ ਆਪਾਂ ਕਹੀਏ ਵੀ ਆਪਾਂ ਜ਼ੋਰ ਲਾ ਕੇ ਤਾਂ ਫਲਾਣਾ ਕੰਮ ਕਰ ਸਕਦੇ ਹਾਂ, ਆਹ ਕੰਮ ਅਸੀਂ ਇਹ ਕਰ ਸਕਦੇ ਹਾਂ, ਅਤੇ ਉਹ ਮੇਰੇ ਖਿਆਲ ਸਾਡੀ ਬੇਵਕੂਫੀ ਹੁੰਦੀ ਹੈ। એનર્ਜੀ ਜਿਹੜੀ ਹੈ ਉਹ ਤੁਹਾਡੇ ਪਿੱਛੇ ਕੋਈ ਰਹਿਮਤ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਪਿੱਛੇ ਕੋਈ ਰਹਿਮਤ ਹੈ, ਕਿਸੇ ਗੁਰੂਆਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਹੈ, ਤਾਂ ਫਿਰ એનર્ਜੀ ਮਿਲ ਜਾਂਦੀ ਹੈ। ਜਦੋਂ ਬੰਦਾ ਕਹਿੰਦਾ ਵੀ ਮੈਂ ਤੇ ਅੰਬਰਾਂ ਦੇ ਤਾਰੇ ਤੁਰ ਕੇ ਲੈ ਆਉਂਦਾ, ਤੇ ਫਿਰ ਕੁਛ ਵੀ ਨਹੀਂ ਹੁੰਦਾ, ਤੇ એનર્ਜੀ ਸਾਰੀ ਉਹ ਮੇਰਾ ਮਾਲਕ ਹੀ ਦਿੰਦਾ। ਪਰ ਕਈ ਵਾਰੀ ਜਦੋਂ ਮੈਂ ਤੁਸੀਂ ਸ਼ਾਇਦ ਉਦੋਂ ਬੱਚੇ ਹੋਣੇ ਆ, ਮੇਰਾ ਗਾਣਾ ਆਇਆ ਸੀ ਵੀ ਮੈਰਾ ਬੇਦੀ ਵਿੱਚ ਰਿਵਾਜ਼ ਦੀ ਗੱਲ ਸੀ, ਅਤੇ ਉਸ ਵੇਲੇ ਲੋਕਾਂ ਨੇ ਇੰਨੀਆਂ ਸ਼ਰਤਾਂ ਲਾ ਲਈਆਂ ਵੀ ਬੂਟਾ ਮਹੰਮਦ ਡਰਿੰਕ ਕਰਕੇ ਵੀ ਕੁਛ ਨਾ ਕੁਛ ਜਿਹੜੀ ਡੋਜ਼ ਲੈ ਕੇ ਸਟੇਜ 'ਤੇ ਆਉਂਦੇ ਆ, ਅਤੇ ਇਸ ਕਰਕੇ ਉਹ ਇੰਨਾ ਭੰਗੜਾ ਮਤਲਬ ਆਉਂਦਾ ਹੈ, ਅਤੇ ਲੋਕਾਂ ਵਿੱਚ ਸ਼ਰਤਾਂ ਲੱਗੀਆਂ, ਅਤੇ ਕਈਆਂ ਨੇ ਫਿਰ ਬਸ ਜਦੋਂ ਸਰੀਰ ਤੋਂ ਉਤਰਨਾ ਅਤੇ ਕਈਆਂ ਨੇ ਜੱਫੀ ਪਾ ਕੇ ਮੈਨੂੰ ਉਹ ਚੈੱਕ ਕਰਨ ਲੱਗ ਜਾਂਦਾ। ਅਤੇ ਹੁਣ ਆਪਾਂ ਤਾਂ ਕਦੇ ਲਾਈਫ ਦੇ ਵਿੱਚ ਕੋਈ ਨਸ਼ਾ ਦੇਖਿਆ ਹੀ ਨਹੀਂ, ਨਸ਼ੇ ਨੂੰ ਟੱਚ ਹੀ ਨਹੀਂ ਕੀਤਾ ਵੀ ਕਿਹੜਾ ਨਸ਼ਾ ਕਿਵੇਂ ਦਾ, ਅਤੇ ਉਹ ਫਿਰ ਉਹਨਾਂ ਨੇ ਆਪੇ ਹੌਲੀ ਹੌਲੀ ਦੱਸਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਇਸ ਬੰਦੇ ਨਾਲ ਸ਼ਰਤ ਲੱਗੀ ਸੀਗੀ ਅਤੇ ਹੁਣ ਮੈਂ ਸ਼ਰਤ ਹਾਰ ਗਿਆ, ਅਤੇ ਵੀ ਮੈਂ ਅਸੀਂ ਸ਼ਰਤ ਇੱਦਾਂ ਲਾਈ ਸੀ ਵੀ ਸ਼ਾਇਦ ਤੁਸੀਂ ਕੋਈ ਨਸ਼ਾ ਕਰਕੇ ਮੰਚ ਦੇ ਉੱਤੇ ਆਉਂਦੇ ਹਾਂ, ਇਸੇ ਕਰਕੇ ਤੁਸੀਂ ਇੰਨਾ ਭੰਗੜਾ ਇੰਨਾ ਡਾਂਸ ਇੰਨੀ ਐਨਰਜੀ ਜਿਹੜੀ ਹੈ ਉਹ ਤਾਂ ਤੁਸੀਂ ਵਰਤਦੇ ਹੈ। ਅਤੇ ਮੈਂ ਹੱਥ ਜੋੜ ਕੇ ਕਿਹਾ, ਮੈਂ ਕਿਹਾ ਜੀ ਮੈਨੂੰ ਤਾਂ ਉਸ ਮਾਲਕ ਦਾ ਹੀ ਨਸ਼ਾ ਆ, ਮੈਂ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਨਹੀਂ ਕੀਤਾ, ਔਰ ਸੱਚ ਹੈ, ਔਰ ਮੇਰੇ ਕਰੀਬੀ ਦੇ ਸਾਰੇ ਦੋਸਤ ਜਾਂ ਮੈਨੂੰ ਸਾਰੇ ਮਿਲਣ ਵਾਲਿਆਂ ਨੇ ਸਾਰਿਆਂ ਨੂੰ ਪਤਾ ਕਿ ਅਸੀਂ ਥੋੜ੍ਹੇ ਲੋਕ ਹੈ ਜਿਹੜੇ ਨਸ਼ਿਆਂ ਤੋਂ ਬਚੇ ਹੋਏ ਹਾਂ, ਅਤੇ ਬਾਕੀਆਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਵੀ ਬਚਣਾ ਹੈ। ਜੀ ਬਿਲਕੁਲ ਸਰ, ਜਿਹੜੀ ਹੈ ਨਾ ਆਪਣੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਨਾ, ਇਹ ਇਹਦਾ ਅਦਾਰਾ ਹੈ ਜੋ ਬਹੁਤ ਵੱਡਾ ਹੈ, ਠੀਕ ਹੈ, ਅਤੇ ਇੱਥੇ ਤੁਹਾਡੇ ਨਾਲ ਲੋਕ ਵੀ ਬਹੁਤ ਜੁੜੇ ਹੋਏ ਨੇ, ਪਰ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਕੌਣ ਹੈ, ਮਤਲਬ ਕਿ ਐਸਾ ਕਿਹੜਾ ਇੰਡਸਟਰੀ ਦੇ ਵਿੱਚ ਸ਼ਖਸੀਅਤ ਹੈ ਜਿਸ ਨਾਲ ਤੁਹਾਡਾ ਬਹੁਤ ਹੀ ਖਾਸ ਰਿਸ਼ਤਾ ਹੈ, ਮਤਲਬ ਤੁਹਾਡਾ ਦੋਸਤ ਹੈ ਜਿਹਨਾਂ ਆਪਣੀਆਂ ਗੱਲਾਂ ਸ਼ੇਅਰ ਕਰਦੇ ਹੋ, ਕੋਈ ਅਜਿਹਾ ਹੈ? ਦੇਖੋ ਗੱਲ ਇਹ ਹੈ ਕਿ ਗੱਲ ਫਿਰ ਉੱਥੇ ਆ ਗਈ ਜੀ, ਔਰ ਸਾਰੀ ਦੁਨੀਆ ਮੇਰੀ ਦੋਸਤ ਹੈ, ਸਾਰੇ ਫਨਕਾਰ ਜਿੰਨੇ ਵੀ ਹੈ ਉਹ ਸਾਰੇ ਦੋਸਤ ਹੈ, ਅਤੇ ਫਕੀਰ ਜਿੰਨੇ ਉਹ ਵੀ ਮੇਰੇ ਦੋਸਤ ਹੈ, ਗੱਲ ਫਿਰ ਯਾਰ ਦੀ ਆ ਗਈ ਹੈ ਜੀ। ਅਤੇ ਇਹ ਜਿਹੜੀਆਂ ਰਾਜ ਦੀਆਂ ਗੱਲਾਂ ਮੈਂ ਕਿਹਨੂੰ ਦੱਸਾਂ, ਅਤੇ ਜਦੋਂ ਕੋਈ ਅੰਦਰ ਦਾ ਕੋਈ ਵਲਵਲਾ ਹੁੰਦਾ, ਕੋਈ ਵੀ ਗੱਲਬਾਤ ਕਰਨੀ ਹੁੰਦੀ, ਸ਼ੇਅਰ ਕਰਨੀ ਹੁੰਦੀ ਹੈ, ਤਾਂ ਜਾਂ ਕੋਈ ਲੱਗਦਾ ਹੁੰਦਾ ਕਿ ਇਹ ਮੇਰੇ 'ਤੇ ਮੁਸੀਬਤ ਆ ਗਈ ਹੈ ਜਾਂ ਆਉਣ ਵਾਲੀ ਹੈ ਜਾਂ ਆ ਗਈ ਹੈ,
ਤੇ ਇਹਦਾ ਹੱਲ ਸ਼ਾਇਦ ਮੈਂ ਨਹੀਂ ਕਰ ਸਕਦਾ, ਤੇ ਉਹ ਫਿਰ ਆਪਣੇ ਬੰਦਾ ਮੁਰਸ਼ਦ ਦੇ ਨਾਲ ਆਪਣੇ ਗੁਰੂ ਦੇ ਨਾਲ ਉਹ ਸਾਰੀਆਂ ਸਾਂਝਾਂ ਪਾਉਂਦਾ ਹੈ। ਅਤੇ ਹਰ ਜਿਹੜਾ ਬਿਨ ਬੋਲਣ ਤੋਂ ਸਮਝਦਾ ਗੁਰੂ ਤਾਂ ਬਿਨ ਬੋਲਣ ਤੋਂ ਸਾਰਾ ਕੁਛ ਦੁੱਖ ਸਮਝਦਾ ਹੁੰਦਾ, ਅਤੇ ਜਦੋਂ ਉੱਥੇ ਜਾਂਦੇ ਹਾਂ ਫਿਰ ਫਰਿਆਦ ਕਰਦੇ ਹਾਂ, ਸਕੂਨ ਮਿਲਦਾ, ਫਿਰ ਬੰਦਾ ਭੁੱਲ ਜਾਂਦਾ, ਫਿਰ ਐਨਰਜੀ ਮਿਲ ਜਾਂਦੀ ਹੈ, ਅਗਲਾ ਕੰਮ ਸ਼ੁਰੂ ਹੋ ਜਾਂਦਾ। ਅਤੇ ਕਲਾਕਾਰ ਜਿੰਨੇ ਵੀ ਉਹ ਸਾਰੇ ਮੇਰੇ ਦਿਲ ਦੇ ਕਰੀਬ ਆ, ਅਤੇ ਮੈਨੂੰ ਸਾਰੇ ਪਿਆਰ ਕਰਦੇ ਆ, ਮੈਂ ਸਾਰਿਆਂ ਨੂੰ ਪਿਆਰ ਕਰਦਾ। ਜੀ ਸਰ, ਤੇ ਕਹਿੰਦੇ ਨੇ ਕਿ ਜਿਹੜਾ ਜਦੋਂ ਬੰਦੇ ਕੋਲ ਪੈਸਾ ਆ ਜਾਵੇ ਤੇ ਜਦੋਂ ਲੋਕਾਂ ਦੇ ਵਿੱਚ ਉਹਦੀ ਇੱਕ ਛਾਪ ਹੋਵੇ, ਹਨਾ, ਲੋਕ ਉਹਨੂੰ ਪਿਆਰ ਕਰਦੇ ਆ ਤੇ ਬਹੁਤ ਸਾਰੇ ਦੋਸਤ ਵੀ ਬਣ ਜਾਂਦੇ ਆ, ਪਰ ਉਸ ਟਾਈਮ ਨਾਲ ਤੁਹਾਡੇ ਕੌਣ ਖੜਾ ਸੀ ਜਦੋਂ ਤੁਸੀਂ ਕੁਛ ਵੀ ਨਹੀਂ ਸੀਗੇ, ਤੁਸੀਂ ਪਹਿਲੀ ਵਾਰ ਕਦਮ ਰੱਖਿਆ ਸੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਉਸ ਟਾਈਮ ਤੁਹਾਡੇ ਨਾਲ ਕੌਣ ਸੀ? ਉਸ ਵੇਲੇ ਇੱਕ ਪਰਮਾਤਮਾ ਤਾਂ ਹਰ ਬੰਦੇ ਦੇ ਨਾਲ ਰਹਿੰਦਾ, ਤੇ ਦੂਸਰਾ ਮੇਰਾ ਸਾਜ਼ ਸੀ ਜਿਹੜਾ ਮੇਰੇ ਨਾਲ ਰਿਹਾ ਜੀ, ਹੈ ਨਾ ਜੀ। ਅਤੇ ਪ੍ਰੈਕਟੀਕਲੀ ਮੈਂ ਮਤਲਬ ਗਾਣਾ ਬਹੁਤ ਲੇਟ ਸ਼ੁਰੂ ਕੀਤਾ, ਪਹਿਲਾਂ ਮੈਂ ਜਿੰਨੇ ਵੀ ਅੱਜ ਦੇ ਫਨਕਾਰ ਵੱਡੇ ਸਟਾਰ ਹੈਗੇ ਆ ਉਹਨਾਂ ਸਾਰਿਆਂ ਨਾਲ ਹੀ ਮੈਂ ਪ੍ਰੈਕਟੀਕਲੀ ਕੰਮ ਕੀਤਾ, ਅਤੇ ਉਹ ਮੇਰਾ ਸਾਜ਼ ਮੇਰਾ ਸਹਾਰਾ, ਅਤੇ ਉਹੀ ਮੇਰਾ ਯਾਰ ਅਤੇ ਉਹੀ ਮੇਰੀ ਦੁਨੀਆ ਸੀ। ਅਤੇ ਮੈਨੂੰ ਕਦੇ ਜ਼ਰੂਰਤ ਨਹੀਂ ਪਈ ਵੀ ਮੈਂ ਕਿਸੇ ਚੀਜ਼ ਤੋਂ ਉਦਾਸ ਹੋ ਗਿਆ ਜਾਂ ਪਰੇਸ਼ਾਨ ਹੋ ਗਿਆ, ਅਤੇ ਇੰਨਾ ਜ਼ਰੂਰ ਹੁੰਦਾ ਸੀ ਕਿ ਮੈਂ ਨਾਲ ਰਹਿ ਕੇ ਜਿਹੜੇ ਅੱਜ ਦੇ ਬੜੇ ਸਥਾਪਿਤ ਨਾਮ ਹੈ ਅਤੇ ਉਹਨਾਂ ਲਈ ਕੁਛ ਨਾ ਕੁਛ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਅਤੇ ਮੈਂ ਅੱਜ ਤੱਕ ਇੱਦਾਂ ਨਹੀਂ ਹੋਇਆ ਕਿ ਮੈਨੂੰ ਦਰਿਆਫਤ ਕਰਨੀ ਪਈ ਹੋਵੇ ਕਿ ਮੇਰੀ ਆਹ ਹੈਲਪ ਹੋਣੀ ਚਾਹੀਦੀ ਹੈ ਜਾਂ ਮਤਲਬ ਇੱਦਾਂ ਦਾ ਕੋਈ ਨਹੀਂ ਹੋਇਆ। ਅਤੇ ਮੇਰਾ ਸਾਜ਼ ਸਭ ਤੋਂ ਵੱਡਾ ਸਹਾਰਾ ਉਸ ਮਾਲਕ ਤੋਂ ਬਾਅਦ। ਜੀ ਸਰ, ਸਰ ਕੋਈ ਅਜਿਹਾ ਸੌਂਗ ਹੈ ਜੋ ਤੁਸੀਂ ਹਰ ਟਾਈਮ ਗੁਣਗੁਣਾਉਂਦੇ ਹੋ? ਕਿਉਂਕਿ ਜਦੋਂ ਮੈਂ ਦੇਖਿਆ ਨਾ ਤੁਹਾਨੂੰ, ਤੁਸੀਂ ਗੁਣਗੁਣਾ ਰਹੇ ਸੀ ਜਦੋਂ ਤੁਸੀਂ ਆਫਿਸ 'ਚ ਆਏ, ਤੁਸੀਂ ਗੁਣਗੁਣਾ ਰਹੇ ਸੀ ਕੁਛ ਨਾ ਕੁਛ, ਕਿਹੜਾ ਜਿਹਾ ਸੌਂਗ ਹੈ ਜੋ ਤੁਹਾਨੂੰ ਬਹੁਤ ਅੱਛਾ ਲੱਗਦਾ ਹੈ ਗੁਣਗੁਣਾਉਣਾ? ਅੱਜ ਮੈਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਭੈਣ ਭਾਈ ਆ? ਅਸੀਂ ਤਿੰਨ। ਤਿੰਨ ਹੈ? ਔਰ ਮੰਮੀ ਨੂੰ ਕਿਹੜਾ ਪਿਆਰਾ? ਛੋਟਾ ਛੋਟਾ, ਮੰਮੀ ਨੂੰ ਸਾਰੇ ਪਿਆਰੇ ਹੁੰਦੇ ਆ, ਬਟ ਜਿਹੜਾ ਛੋਟਾ ਹੁੰਦਾ ਉਹਨੂੰ ਹੁੰਦਾ ਨਹੀਂ ਮੈਂ ਹੀ ਆ। ਮੈਂ ਮੇਰੇ ਕਹਿਣ ਮਤਲਬ ਭਾਵ ਇਹੀ ਹੈ ਕਿ ਇਹ ਜਿਹੜੇ ਸਾਰੇ ਸੌਂਗ ਹੈ ਨਾ, ਇਹ ਸਾਡੇ ਇੱਕ ਜਸਟ ਲਾਈਕ ਸਾਡਾ ਸਰੀਰ ਦਾ ਅੰਗ ਹੈ, ਸਾਡੇ ਧੀਆਂ ਪੁੱਤ ਨੇ, ਸਾਡੇ ਔਲਾਦ ਹੈ, ਹੈ ਨਾ ਜੀ। ਅਤੇ ਇਸ ਕਰਕੇ ਸਾਨੂੰ ਗਾਣੇ ਤਾਂ ਸਾਰੇ ਚੰਗੇ ਲੱਗਦੇ ਆ। ਅਤੇ ਜਦੋਂ ਕੋਈ ਬੰਦਾ ਆਪਣੀ ਮਰਜ਼ੀ 'ਚ ਕੋਈ ਗੁਣਗੁਣਾਉਂਦਾ ਹੁੰਦਾ, ਕੋਈ ਜ਼ਰੂਰੀ ਨਹੀਂ ਵੀ ਆਪਣੇ ਗਾਣੇ ਨੂੰ ਹੀ ਗੁਣਗੁਣਾਉਂਦਾ, ਅਤੇ ਜਿਹੜੀ ਜਿਹਨ 'ਚ ਆ ਗਿਆ ਜਾਂ ਜਿਹੜਾ ਅੱਛਾ ਲੱਗਿਆ ਉਹ ਫਿਰ ਰਿਪੀਟ ਹੁੰਦਾ ਰਹਿੰਦਾ। ਸਰ ਇੱਕ ਵਾਰ ਕੋਈ ਵੀ ਸੌਂਗ? ਅੱਛਾ ਜੀ, ਕਿਉਂਕਿ ਅੱਜ ਤੁਸੀਂ ਆਏ ਹੋ, ਅੱਜ ਲਗਾਤਾਰ ਸੌਂਗ ਸੁਣਾਂਗੇ। ਅੱਛਾ ਜੀ, ਬਹੁਤ ਅੱਛੇ। ਆਹੋ ਇਹ ਵੀ ਗੱਲ ਸਹੀ ਆ, ਅਸੀਂ ਜਦੋਂ ਪਬਲਿਕ ਨੂੰ ਪੈਸੇ ਸੁਣਾਉਣਾ ਹੁੰਦਾ ਫਿਰ ਪੈਸੇ ਲੈ ਕੇ ਮਤਲਬ ਗਾਣਾ ਸ਼ੁਰੂ ਕਰੀਦਾ, ਅਤੇ ਇੱਥੇ ਹੁਣ ਚਾਹ ਪੀ ਕੇ ਵੀ ਗਾਣਾ ਗਾਇਆ ਜਾ ਸਕਦਾ। ਹਾਂਜੀ, ਅਤੇ ਕਿਹੜਾ ਗਾਣਾ ਸੁਣਨਾ ਚਾਹੁੰਦੇ? ਸਰ ਕੋਈ ਵੀ ਤੁਹਾਡਾ ਫੇਵਰਿਟ ਜਿਹੜਾ ਤੁਸੀਂ ਗੁਣਗੁਣਾਉਂਦੇ ਹੋ। ਚਲੋ ਆਪਾਂ ਉਹਨਾਂ ਗਾਣਿਆਂ ਨੂੰ ਹਟ ਕੇ ਆਪਾਂ ਨਵੀਂ ਗੱਲ ਕਰ ਲੈਂਦੇ ਹਾਂ, ਅਤੇ ਹੁਣ ਮੈਂ ਇੱਕ ਗਾਣਾ ਨਵਾਂ ਜਿਹੜਾ ਤਿਆਰ ਕੀਤਾ, ਉਹ ਤੁਹਾਨੂੰ ਮੈਂ ਰੂਬਰੂ ਕਰਦਾ, ਅਤੇ ਉਹਦਾ ਬਹੁਤ ਜਲਦੀ ਵੀਡੀਓ ਬਣ ਜਾਣਾ, ਅਤੇ ਵੀਡੀਓ ਬਣ ਕੇ ਆਵਾਮ ਦੀ ਖਿਦਮਤ ਵਿੱਚ ਪੇਸ਼ ਕਰਾਂਗੇ, ਅਤੇ ਉਮੀਦ ਹੈ ਕਿ ਬਾਕੀਆਂ ਦੀ ਤਰ੍ਹਾਂ ਉਹਨੂੰ ਵੀ ਪਿਆਰ ਮਿਲੂਗਾ। ਸੋ ਉਹ ਗਾਣਾ ਹੈ, ਧੁੱਪਾਂ ਦਾ ਨੀ ਡਰ ਮੈਨੂੰ, ਸ਼ਾਮਾਂ ਮੇਰੇ ਨਾਲ ਨੇ, ਉਹ ਧੁੱਪਾਂ ਦਾ ਨੀ ਡਰ ਮੈਨੂੰ, ਸ਼ਾਮਾਂ ਮੇਰੇ ਨਾਲ ਨੇ। ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਉਹ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਕਰੂੰ ਤੁਰਦਾ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਕਰੂੰ ਤੁਰਦਾ, ਮਾਂ ਦੇ ਪੈਰ ਚੁੰਮ ਕੇ ਮੈਂ ਜਦੋਂ ਕਰੂੰ ਤੁਰਦਾ, ਉਹ ਲੱਗਦਾ ਏ ਮੰਜ਼ਿਲਾ, ਲੱਗਦਾ ਏ ਮੰਜ਼ਿਲਾ, ਤੇ ਰਾਮਾ ਮੇਰੇ ਨਾਲ ਨੇ। ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ,
हाँ लुको मेरी मां दिया दुआवां मेरे नाल ने। सर मैं इंटरव्यू की शुरुआत के विच कहा सी कि तुहाडे लई शब्द नहीं है साडे कोल, असीं बहुत छोटे आ तुहाडे इंटरव्यू लैण दे लई, क्योंकि जो जिहो जी तुहाडी गायकी है तुहाडे लागे भी बैठना मैनूं लगदा है कि बहुत वड्डी गल है। ऐ तुसीं बहुत माण बख्शदे आ, लेकिन अज दे युग च छोटा जिहड़ा ना जी मतलब उम्र च छोटा हुंदा ते असीं तां उहनूं भी सलाम करदे दा, क्योंकि उहदी सोच बहुत वड्डी है जी सर। इस करके तुसीं कदे भी छोटे नहीं, तुसीं बहुत वड्डे आ। नहीं नहीं सर, तुहाडी गायकी बहुत शुद्ध है ना, मैं कदी नहीं तुहाडे कोई गाना सुनिया असला वाला जां कोई भी है ना। हां जी। ते जे किसी सिंगर तो सवाल किया जाता है कि असला हथियारा वाले गाने क्यों गाउंदे हो, ते उहनां दा इक्को जवाब हुंदा कि दर्शक सुनना चाहते हैं ना। हां जी। ते दर्शक जो सुनना चाहते हो प्यार मिलता, तुहानूं लगता है कि तुसीं हमेशा शुद्ध गाने गाए है ते तुहाडा प्यार घटिया होया दर्शकां वल्लों ते लोक तुहानूं नहीं सुनदे? मेरी तकरीबन हर इंटरव्यू दे विच आ सवाल किया जाता है और मैं तो हमेशा ये गल मनदा हाँ और कहता भी हाँ कि चंगे गाने जो अहोजे गाने असी पब्लिक नूं सुणाउंदे हाँ तो मेरा ख्याल हाले असी शुरू ही करते होंगे तो जानू तालियां की गुरगाहट पै जाती है, गूंज पै जाती है। तो जिहड़े मन लो भी कोई किसी ने पुराने समय के विच जां पिछले समय इहोजे गाने गाए होणगे असलियां वाले जब बंदा बुंदा मार लो जब मतलब कुछ जमीना के कब्जे लेने हैं या कुछ और मतलब किमें दे गाने हैं वो एक्चुअली वो एंटरटेनमेंट नहीं है। एंटरटेनमेंट है तुसी रूह नूं शांति देन वास्ते अपने सुकून लैन वास्ते जरा गाने नूं सुनना होंदा, ठीक ना जी। अगर तुसी गाने नूं सुन के तुसी घरों देखना भी रिवॉल्वर कित्थे पिया जां गड़ासी कित्थे पई है वो तुहाडा एंटरटेनमेंट नहीं है। तो इस करके मेरी बेनती है उन्होंने भरावान नूं गाउण वालियां नूं भी लिखण वालियां नूं भी कि चंगे गाने गा के चंगा नाम अच्छा नाम बनता तो रोजी रोटी भी मिलती है। जिहड़े साडे नाल संगीतक परिवार को मैंबर जुड़े होंदे आ उन्होंने घरां च भी चुल्हे बलदे आ ते रोटी बनती है। तो अगर अच्छे गाने गावांगे तो असीं मेरे ख्याल रहिंदी दुनिया तक ਜਿਹੜਾ ਸਾਡਾ ਨਾਮ ਹੈ ਉਹ ਕਾਇਮ ਰਹੇਗਾ। ਜਿਵੇਂ ਕਹਿ ਸਕਦੇ ਹਾਂ ਕਿ ਲਾਲਚੰਦ ਜਮਲਾ ਜੱਟ, ਮੁਹੰਮਦ ਸਦੀਕ ਸਾਹਿਬ ਜਿਨ੍ਹਾਂ ਦੇ ਗਾਣੇ, ਔਰ ਕਲੀਆਂ ਦਾ ਬਾਦਸ਼ਾਹ ਜਨਾਬ ਕੁਲਦੀਪ ਮਾਣਿਕ ਹੈ ਨਾ ਜੀ, ਇੱਦਾਂ ਹੀ ਆਪਣੇ ਸਰਦੂ ਸਿਕੰਦਰ ਜੀ, ਹੰਸ ਰਾਜ ਹੰਸ ਜੀ ਅਤੇ ਸਾਬਰ ਸਾਹਿਬ ਦੇ ਉਹ ਦੁਨੀਆਂ 'ਤੇ ਚੱਲ ਗਿਆ ਲੇਕਿਨ ਉਹਨਾਂ ਦੇ ਗਾਣੇ ਅੱਜ ਵੀ ਸੁਣੇ ਜਾਂਦੇ ਆ। ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ, ਗੁਰਦਾਸ ਭਾਈ ਦੇ ਗਾਣੇ ਹੈ, ਗੁਰਦਾਸ ਭਾਈ ਦਾ ਗਾਣਾ ਤੁਸੀਂ ਅੱਜ ਵੀ ਸੁਣਦੇ ਆ ਤੇ ਤੁਸੀਂ ਆਉਣ ਵਾਲੇ ਯੁੱਗ 'ਚ ਵੀ ਸੁਣੋਗੇ। ਬਿਲਕੁਲ ਸਰ। ਔਰ ਜਿੰਨੀ ਦੇਰ ਦੁਨੀਆ ਵਸਦੀ ਹੈ ਉਹਨਾਂ ਦੇ ਗਾਣੇ ਇਸੇ ਤਰੀਕੇ ਨਾਲ, ਉਹ ਕਿੰਨਾ ਕੁ ਅਸਲਿਆਂ ਵਾਲੇ ਗਾਣੇ ਗਾਉਂਦੇ ਆ, ਕਿੰਨਾ ਕੁ ਉਹਨਾਂ ਦੇ ਗਾਣੇ ਵਿੱਚ ਕੁਛ ਨਾ ਕੁਛ ਸੇਧ ਹੁੰਦੀ ਹੈ। ਬਿਲਕੁਲ ਸਰ। ਅਤੇ ਇਹੋ ਜਿਹੇ ਗਾਣੇ ਗਾਉਣੇ ਚਾਹੀਦੇ ਆ ਅਤੇ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੁਛ ਦੇ ਸਕੀਏ। ਅਤੇ ਚਲੋ ਠੀਕ ਹੈ, ਸਾਡਾ ਹਰ ਬੰਦੇ ਦਾ ਦਿਲ ਕਰਦਾ ਕਿ ਮੇਰਾ ਇੱਕਦਮ ਜਿਹੜਾ ਨਾਮ ਹੈ ਉਹ ਅੰਬਰਾਂ 'ਤੇ ਚਲੇ ਜਾਵੇ ਅਤੇ ਉੱਥੇ ਚਮਕਾਉਣ ਵਾਸਤੇ, ਨਾਮ ਨੂੰ ਚਮਕਾਉਣ ਵਾਸਤੇ ਅਤੇ ਤੁਸੀਂ ਚੰਗੇ ਗਾਣੇ ਗਾ ਕੇ ਪਹੁੰਚ ਸਕਦੇ ਆ, ਸਟਾਰ ਬਣ ਸਕਦੇ ਆ, ਹੈ ਨਾ ਜੀ। ਅਤੇ ਇਹ ਕਈ ਸੋਚ ਰੱਖਦੇ ਆ ਲੇਕਿਨ ਨਹੀਂ ਰੱਖਣੀ ਚਾਹੀਦੀ, ਕਿਉਂਕਿ ਤੁਹਾਡਾ ਜੇ ਸਫ਼ਰ ਦੇਖੀਏ ਨਾ ਤੇ ਬਹੁਤ ਲੰਬਾ ਸਫ਼ਰ ਤੁਸੀਂ ਤੈਅ ਕੀਤਾ ਹੈ ਤੇ ਪਿਆਰ ਦੇ ਨਾਲ ਨਾ ਸਫ਼ਰ ਤੈਅ ਕੀਤਾ ਹੈ। ਪਰ ਜਿਹੜੇ ਅੱਜ ਕੱਲ੍ਹ ਦੇ ਸਿੰਗਰ ਸਾਰੇ ਨੇ ਉਹ ਇੱਕਦਮ ਚੱਲ ਰਹੇ ਨੇ, ਇੱਕਦਮ ਉੱਤਰ ਜਾ ਰਹੇ ਨੇ, ਗਾਇਬ ਹੋ ਜਾ ਰਹੇ ਨੇ, ਬਟ ਤੁਹਾਡਾ ਨਾਮ ਤਾਂ। ਦੇਖੋ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਤੁਹਾਡਾ ਬੇਸ ਠੀਕ ਹੈ ਜੀ, ਬੇਸ ਦਾ ਭਾਵ ਜਦੋਂ ਅਸੀਂ ਉਸਾਰਦੇ ਹਾਂ, ਹੁਣ ਆਪਾਂ ਮਤਲਬ ਤੀਜੀ ਚੌਥੀ ਫਲੋਰ 'ਤੇ ਬੈਠੇ ਹੋਏ ਹਾਂ ਅਤੇ ਜੇ ਇਹਦੀ ਬੇਸ ਕਮਜ਼ੋਰ ਹੋਵੇ ਤੇ ਆਪਾਂ ਇੱਥੇ ਬੈਠ ਨਹੀਂ ਸੀ ਸਕਦੇ, ਇਹ ਕਦੇ ਵੀ ਗਿਰ ਸਕਦਾ ਸੀ। ਬਿਲਕੁਲ, ਨੀਂਹ ਮਜ਼ਬੂਤ ਹੋਣਾ ਚਾਹੀਦਾ, ਨੀਂਹ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਆ। ਮੇਰੇ ਕਹਿਣ ਤੋਂ ਭਾਵ ਅਗਰ ਅਸੀਂ ਇੰਡਸਟਰੀ ਦੇ ਵਿੱਚ ਸਿੱਖ ਕੇ ਆ ਜਾਂਦੇ ਹਾਂ ਅਤੇ ਉਹ ਮਤਲਬ ਸਿੱਖਿਆ ਹੋਇਆ ਕੰਮ ਤੁਹਾਡੇ ਨਾਲ ਰਹਿਣਾ, ਬਿਲਕੁਲ ਠੀਕ ਨਾ ਜੀ। ਅਤੇ ਅਸਤਬਾਜੀ ਨਹੀਂ ਮੰਨਣਾ ਚਾਹੀਦਾ, ਅਸਤਬਾਜੀ ਸਮਝਦੇ ਹਾਂ ਜੀ, ਬਿਲਕੁਲ ਦੀਵਾਲੀ ਨੂੰ ਜਿਹੜੀਆਂ ਪਚਰ ਹੈ ਨਾ ਅਤੇ ਚਲਾਈਆਂ ਹੋਈਆਂ ਤੁਸੀਂ ਹੱਥ ਤੋਂ ਸੜਾ ਰਹੇ ਹੋ, ਉਹ ਅਸਤਵਾਜ ਨਹੀਂ ਬਣਨਾ ਚਾਹੀਦਾ। ਉਹਦਾ ਮਤਲਬ ਕੀ ਹੈ ਕਿ ਅਸਤਵਾਜ ਨੂੰ ਜਦੋਂ ਅਸੀਂ ਮਾਚਿਸ ਦੀ ਤੀਲੀ ਨਾਲ ਲਾ ਦਿੰਦੇ ਹਾਂ ਤਾਂ ਉਹ ਇੱਕਦਮ ਅੰਬਰੋਂ ਚਲੀ ਜਾਂਦੀ ਹੈ ਅਤੇ ਉਹ ਨਾਲ ਦੀ ਨਾਲ ਸੁਆਹ ਬਣ ਕੇ ਨੀਚੇ ਆ, ਜਦੋਂ ਨੀਚੇ ਆਉਂਦੀ ਬਿਲਕੁਲ ਰਾਖ ਰਾਖ ਹੀ ਬਣ ਜਾਂਦੀ ਹੈ। ਮਤਲਬ ਇਹੋ ਜਿਹਾ ਜਿਹੜਾ ਬਣਨਾ ਸਟਾਰ ਉਹ ਨਹੀਂ ਚੰਗਾ,
ਤੁਸੀਂ ਇੱਕ ਗਾਣਾ ਗਾਇਆ, ਫਿਰ ਦੋ ਗਾਣੇ ਗਾਏ, ਫਿਰ 100 ਗਾਣਾ ਗਾਤਾ, 200 ਗਾਣਾ ਗਾਤਾ, ਤੇ 200 ਗਾਣਿਆਂ ਤੱਕ ਵੀ ਲੋਕੀ ਕਹਿਣ ਯਾਰ ਕਿਆ ਬਾਤ ਹੈ, ਬਿਲਕੁਲ ਕਿਆ ਬਾਤ ਹੈ, ਤੇ ਇੰਨੀ ਗੱਲ ਜਿਹੜੀ ਆ ਕਹੀ ਹੋਈ ਬਹੁਤ ਜ਼ਿਆਦਾ ਆ। ਤੇ ਅੱਜ ਕੱਲ੍ਹ ਟ੍ਰੈਂਡ ਹੀ ਥੋੜ੍ਹਾ ਡਿਫਰੈਂਟ ਜਿਹਾ ਹੋ ਗਿਆ ਆ, ਅਤੇ ਸ਼ਾਇਦ ਸਾਡੀ ਸੋਚ ਉਸ ਤੱਕ ਨਹੀਂ ਹੈਗੀ, ਅਤੇ ਨਵੇਂ ਜਿਹੜੇ ਸਾਡੇ ਭਰਾ ਉੱਠਦੇ ਆ, ਬੱਚੇ ਉੱਠਦੇ ਆ, ਅਤੇ ਉਹਨਾਂ ਦੀ ਸੋਚ ਹੋਰ ਲੈਵਲ ਦੀ ਹੈ। ਅਤੇ ਉਹ ਤਾਂ ਜਦੋਂ ਗਾਣਾ ਯੂਟਿਊਬ ਦੇ ਉੱਤੇ ਖੋਲ੍ਹਦੇ ਵੀ ਆ, ਅਤੇ ਉਹ ਕਹਿੰਦੇ ਜੀ ਵੀ ਘੱਟੋ ਘੱਟ 5-6 ਮਿਲੀਅਨ ਪਹਿਲਾਂ ਹੋਣਾ ਚਾਹੀਦਾ, ਅਤੇ ਫਿਰ ਅਸੀਂ ਲੋਕਾਂ ਨੂੰ ਤੱਕ ਅਸੀਂ ਦੱਸਣਾ ਆ ਵੀ ਸਾਡਾ ਗਾਣਾ। ਬਿਲਕੁਲ, ਮੈਂ ਇੱਕ ਸਵਾਲ ਕਰਨ ਲੱਗੀ ਸੀ ਤੁਹਾਡੇ ਕੋਲ, ਤੁਹਾਡੇ ਜਿਹੜੇ ਲਾਈਫ ਦੇ ਵਿੱਚ, ਤੁਹਾਡੇ ਲਾਈਫ ਦੇ ਵਿੱਚ ਵਿਊਜ਼ ਕਿੰਨੇ ਮਾਇਨੇ ਰੱਖਦੇ ਆ? ਦੇਖੋ, ਮੇਰੇ ਹਿਸਾਬ ਨਾਲ ਵਿਊਜ਼ ਕੋਈ ਮਾਇਨੇ ਨਹੀਂ ਰੱਖਦੇ। ਹੁਣ ਕਈ ਪਤਾ ਮੈਨੂੰ 10-10 ਲੱਖ, ਫਲਾਨਾ ਗਾਣਾ ਤੁਸੀਂ ਗਾਤਾ ਜਾਂ ਫਲਾਨਾ ਗਾਣਾ ਆਇਆ, ਲੇਕਿਨ ਇੱਥੇ ਪਤਾ ਹੁੰਦਾ ਨੀ, ਇੱਕ ਦੂਸਰੇ ਨੂੰ ਨਹੀਂ ਪਤਾ ਹੁੰਦਾ ਵੀ ਫਲਾਨਾ ਗਾਣਾ ਕਿਸ ਦਾ ਆਇਆ ਇਸ ਸਿੰਗਰ ਦਾ। ਅਤੇ ਉਹ ਜਦੋਂ ਤੁਸੀਂ ਸਰਚ ਕਰਦੇ ਹੋ ਗਾਣੇ ਨੂੰ, ਅਤੇ ਉਹਦੇ ਕਿੰਨੇ ਮਿਲੀਅਨ ਬਿਲੀਅਨ ਇੱਦਾਂ ਉਹਦੇ ਵਿਊਜ਼ ਬਣੇ ਹੁੰਦੇ ਆ, ਅਤੇ ਮੇਰਾ ਖਿਆਲ ਉਹ ਤਾਂ ਲੋਕ ਦਿਖਾਵਾ ਜਿਹਾ ਹੈਗਾ, ਅਤੇ ਲੋਕ ਦਿਖਾਵਾ ਜਾਂ ਇੱਦਾਂ ਦੀ ਭੀੜ ਤੋਂ ਤੁਹਾਨੂੰ ਪਿੱਛੇ ਰਹਿਣਾ ਚਾਹੀਦਾ। ਬਿਲਕੁਲ ਸਰ, ਕਿਉਂਕਿ ਨਾ ਇੱਕ ਸਿੰਗਰ ਸੀਗੇ, ਮੈਂ ਉਹਨਾਂ ਤੋਂ ਸਵਾਲ ਕੀਤਾ ਸੀ ਕਿ ਸਰ ਤੁਸੀਂ ਅਜਿਹੇ ਗਾਣੇ ਕਿਉਂ ਗਾਉਂਦੇ ਹੋ, ਤੇ ਉਹਨਾਂ ਦਾ ਇੱਕ ਜਵਾਬ ਸੀ ਕਿ ਜਿਹੜੇ ਸਾਡੇ ਅਸੀਂ ਲੋਕ ਤੱਤ ਵੀ ਗਾਉਂਦੇ ਆ, ਅਸੀਂ ਹਨਾ ਦੂਸਰੇ ਸੌਂਗ ਵੀ ਗਾਉਂਦੇ ਪਰ ਉਹ ਸਾਡੇ ਚੱਲਦੇ ਨਹੀਂ ਆ, ਪਰ ਮੇਰਾ ਉਹਨਾਂ ਤੋਂ ਸਵਾਲ ਸੀ ਕਿ ਤੁਸੀਂ ਜਿੰਨਾ ਪੈਸਾ ਆਪਣੇ ਅਸਲਾਂ ਵਾਲੇ ਗਾਣਿਆਂ 'ਤੇ ਖਰਚ ਕਰਦੇ ਹੋ, ਤੁਸੀਂ ਕੀ ਦੂਸਰੇ ਗਾਣੇ 'ਤੇ ਖਰਚ ਕਰਦੇ ਹੋ? ਤੁਸੀਂ ਉਹਨੂੰ ਫੇਕ ਵਿਊਜ਼ ਦਿਲਾਉਣ ਦੀ ਕੋਸ਼ਿਸ਼ ਕਰਦੇ ਹੋ, ਲੋਕਾਂ ਤੱਕ ਪਹੁੰਚਾਉਣ ਦਾ ਟਰਾਈ ਕਰਦੇ ਹੋ, ਅਤੇ ਸ਼ਾਇਦ ਇਹ ਚੀਜ਼ਾਂ ਨਹੀਂ ਹੁੰਦੀਆਂ। ਅਸੀਂ ਜਿੰਨਾ ਉਹ ਬਸ ਇੱਕ ਦੁਨੀਆਂ 'ਚ ਜਿਹੜਾ ਇਨਸਾਨ ਵੀ ਆ ਗਿਆ, ਇੱਕ ਰੱਬ ਤੋਂ ਸਿਵਾਏ ਕੋਈ ਵੀ ਬੰਦਾ 16 ਕਲਾਂ ਸੰਪੂਰਨ ਨਹੀਂ ਹੁੰਦਾ, ਉਹ 16 ਕਲਾਂ ਸੰਪੂਰਨ ਇੱਕੋ ਹੀ ਆ ਪਰਮਾਤਮਾ। ਅਤੇ ਜੇ ਅਸੀਂ ਗੱਲ ਕਰੀਏ, ਤੁਸੀਂ ਹੁਣ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੀ ਗੱਲ ਕੀਤੀ ਹੈ, ਅਤੇ ਮੈਂ ਉਹਨਾਂ ਨਾਲ ਬਹੁਤ ਸਾਲ ਰਿਹਾ, ਕਿੰਨੇ ਸਾਲ ਮੈਂ ਉਹਨਾਂ ਦੇ ਨਾਲ ਰਿਹਾ, ਅਤੇ ਜਿਹੜਾ ਉਹਨਾਂ ਦਾ ਸੁਰ ਹੈ, ਜਿਹੜਾ ਉਹਨਾਂ ਦਾ ਗਾਣਾ ਸੀ, ਉਹ ਬਹੁਤ ਵੱਡਾ ਔਰ ਬਹੁਤ, ਜਿੱਦਾਂ ਮੈਂ ਕਹਿ ਸਕਦਾ ਕਿ ਇਹੋ ਜਿਹਾ ਗਾਣੇ ਉਹਨਾਂ ਨੇ ਗਾਏ ਆ ਵੀ ਅਗਰ ਉਹਨਾਂ ਦੀ ਨਕਲ ਵੀ ਕਰਨਾ ਕੋਈ ਚਾਹੇ ਤਾਂ ਉਹ ਮੁਕੰਮਲ ਨਹੀਂ ਹੋ ਸਕਦੀ। ਅਤੇ ਬਸ ਇਸ ਤਰੀਕੇ ਨਾਲ ਉਹਨਾਂ ਤੋਂ ਵੀ ਕਈ ਗੱਲਾਂ ਗ੍ਰਹਿਣ ਕਰ ਲਈਆਂ, ਅਤੇ ਫਿਰ ਅਸੀਂ ਪਦਮ ਸ਼੍ਰੀ ਰਾਜ ਗਾਇਕ ਹੰਸਰਾ ਜੀ ਹੰਸ ਉਹਨਾਂ ਨਾਲ ਅਸੀਂ ਅੱਜ ਵੀ ਬੈਠਦੇ ਹਾਂ, ਜਦੋਂ ਪਹਿਲਾਂ ਵੀ ਉਹਨਾਂ ਦੇ ਨਾਲ ਜਾਂਦੇ ਸੀ ਕੰਮ ਕਰਦੇ ਸੀ, ਅਤੇ ਉਹਨਾਂ 'ਚ ਬਹੁਤ ਗੱਲਾਂ ਕੁਆਲਿਟੀ ਦੀਆਂ ਹੈਗੀਆਂ, ਅਤੇ ਉਹ ਗੱਲਾਂ ਅਦਬ ਕਰਨਾ ਸਿੱਖਣਾ ਹੋਵੇ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਦੀ ਨਕਲ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਅਦਬ ਕਿਹਨੂੰ ਕਹਿੰਦੇ ਆ। ਅਤੇ ਇਸੇ ਤਰੀਕੇ ਨਾਲ ਜਨਾਬ ਸਰਦੂਰ ਸਿਕੰਦਰ ਜੀ ਹੈ, ਉਹਨਾਂ ਦਾ ਗਾਣਾ ਜਿਵੇਂ ਵੱਡਾ ਹੈ, ਜਿੰਨਾ ਵੱਡਾ ਗਾਣਾ ਆ ਅਤੇ ਉਨਾ ਵੱਡੇ ਉਹ ਡੂੰਘੇ ਇਨਸਾਨ ਵੀ ਹੈ, ਅਤੇ ਉਹਨਾਂ ਉਹ ਵਿਦਵਾਨਾਂ ਵਰਗੇ, ਅਤੇ ਉਹਨਾਂ ਤੋਂ ਬਹੁਤ ਗੱਲਾਂ ਇੱਦਾਂ ਦੀਆਂ ਨਕਲ ਮਾਰਨੇ ਨੂੰ ਸਿੱਖਣ ਨੂੰ ਮਿਲ ਜਾਂਦੀਆਂ। ਅਤੇ ਸਿੱਖ ਦਾ ਉਹੀ ਹੈ ਜਿਹਨੂੰ ਜਿਹੜਾ ਬੰਦਾ ਸਮਝੇ ਕਿ ਮੈਂ ਇਸ ਲਾਈਨ ਦੇ ਉੱਤੇ ਆਉਣਾ, ਔਰ ਜਿਹੜੇ ਬੰਦੇ ਨੇ ਇਹ ਸਮਝ ਲਿਆ ਕਿ ਨਹੀਂ ਇਹ ਤੋਂ ਸੁਣ ਲਿਆ ਅਤੇ ਆਪਾਂ ਅੱਗੇ ਚੱਲੀਏ, ਹੈ ਨਾ ਜੀ, ਅਤੇ ਮੇਰਾ ਖਿਆਲ ਉਹ ਫਿਰ ਤੁਸੀਂ ਫਿਰ ਉਹੀ ਗੱਲ ਵੀ ਤੁਹਾਡਾ ਬੇਸ ਕਮਜ਼ੋਰ ਰਹਿ ਸਕਦਾ। ਬਿਲਕੁਲ, ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਨਾ, ਮੈਂ ਇੱਥੇ ਪਿਆਰ ਬਹੁਤ ਦੇਖਿਆ, ਜਿਹੜੇ ਤੁਹਾਡੇ ਨਾਲ ਦੇ ਸਿੰਗਰਸ ਨੇ ਨਾ ਸਾਰੇ ਇੱਕ ਸਟੇਜ ਤੇ ਹੁੰਦੇ ਨੇ ਹਮੇਸ਼ਾ, ਤੇ ਮੈਨੂੰ ਲੱਗਦਾ ਕਿ ਕਿਸੇ ਇੰਡਸਟਰੀ ਦੇ ਵਿੱਚ ਉਹ ਪਿਆਰ ਨਹੀਂ ਹੋਣਾ ਕਿ ਇੱਕ ਦੂਸਰੇ ਨਾਲ ਮਾਈਕ ਤੇ ਗਾਉਣਾ, ਤੇ ਜਦੋਂ ਮਾਹੌਲ ਬਣਦਾ ਹੈ ਤੇ ਕਿਹੋ ਜਿਹਾ ਲੱਗਦਾ ਹੈ, ਜਦੋਂ ਕਿੰਨੀ ਵਾਰ ਮਤਲਬ ਕਿ ਇਕੱਠੇ ਹੋ ਜਾਂਦੇ ਹੋ ਸਾਰੇ ਜਾਣੇ? ਦੇਖੋ, ਸਾਲ ਦੇ ਵਿੱਚ ਕੁਛ ਸਟੇਜਾਂ ਤਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਇਕੱਠੇ ਹੋਈਦਾ, ਤੇ ਵੈਸੇ ਅੱਜ ਦੀ ਡੇਟ 'ਚ ਇੱਕ ਮੇਲਾ ਹਮੇਸ਼ਾ ਜਿਹੜਾ ਹੁੰਦਾ, ਅਤੇ ਉਹਦੇ ਵਿੱਚ ਜ਼ਰੂਰੀ ਸਾਰੇ ਜਿਹੜੇ ਫਨਕਾਰ ਹੈ ਉਹ ਸਾਰੇ ਇਕੱਠੇ ਹੋ ਕੇ, ਅਤੇ ਉਹ ਇੱਕ ਐਸਾ ਮੇਲਾ ਬਣ ਜਾਂਦਾ, ਅਤੇ ਉਹ ਮੇਲਾ ਲੋਕਾਂ ਦਾ ਮੇਲਾ ਨਹੀਂ ਹੈ, ਉਹ ਮੇਲਾ ਮੇਰੇ ਪਿਤਾ ਜੀ, ਕਿਉਂਕਿ ਉਹਨਾਂ ਤੋਂ
ਬਹੁਤ ਸਾਰੇ ਉਹਨਾਂ ਦੇ ਸ਼ਾਗਿਰਦਾਂ ਨੇ ਤਾਲੀਮ ਲਈ ਹੈ ਸੰਗੀਤ ਦੀ। ਸਰਦਾਰ ਮੁਹੰਮਦ ਜੀ ਦੁਨੀਆਂ 'ਚ ਭਾਵੇਂ ਨਹੀਂ ਹੈਗੇ, ਲੇਕਿਨ ਉਹਨਾਂ ਦਾ ਨਾਮ ਹਮੇਸ਼ਾ ਰਹਿਣਾ। ਔਰ ਮੇਰੇ ਚਾਚਾ ਜੀ ਗੁਰੂ ਗੁਲਜ਼ਾਰ ਮੁਹੰਮਦ ਜੀ, ਅਤੇ ਇਸ ਕਰਕੇ ਆਪਣੇ ਜਿਹੜਾ ਮੇਲਾ ਹੁੰਦਾ ਸਾਲ ਬਾਅਦ ਪਿੰਡ ਨੂਰਪੁਰ ਹੈ ਬਹਿਰਾਮ ਦੇ ਨੇੜੇ, ਉੱਥੇ ਫਿਰ ਕੋਈ ਬੰਦਾ ਪੌੜੀਆਂ 'ਚ ਬਹਿ ਕੇ ਗਾਈ ਜਾਂਦਾ ਅਤੇ ਕੋਈ ਬੰਦਾ ਸਟੇਜ 'ਤੇ ਬੈਠ ਕੇ ਗਾਈ ਜਾਂਦਾ ਅਤੇ ਕੋਈ ਖੜ੍ਹ ਕੇ ਗਾਈ ਜਾਂਦਾ। ਉੱਥੇ ਜਿੰਨੇ ਵੀ ਕਲਾਕਾਰ ਆਏ ਹੁੰਦੇ ਆ ਉਹਨਾਂ ਵਿੱਚ ਨਵੇਂ ਵੀ ਹੁੰਦੇ ਆ, ਫਿਰ ਨਵੇਂ ਦੇਖਦੇ ਆ ਜੀ, ਬਿਲਕੁਲ। ਉਹ ਨਵੇਂ ਹੁਣ ਪੁਰਾਣਿਆਂ ਨਾਲ ਗਾ ਤਾਂ ਨਹੀਂ ਸਕਦੇ, ਅਤੇ ਇਹ ਸਤਿਕਾਰ ਵੀ ਹੁੰਦਾ ਆ ਜਾਂ ਸੁਰ ਦਾ ਵੀ ਫਰਕ ਹੁੰਦਾ ਆ, ਅਤੇ ਇਹ ਉਹ ਫਿਰ ਇਹ ਦੇਖਦੇ ਵੀ ਯਾਰ ਅੱਛਾ ਆਹ ਵੀ ਇੱਕ ਕੰਮ ਹੈ, ਆਹ ਵੀ ਇੱਕ ਗਾਣਾ ਹੈ, ਇਹ ਇੱਕ ਜੁਗਲਬੰਦੀ ਹੈ, ਇਹ ਇੱਕ ਸੁਰਾਂ ਦੀ ਖੇਡ ਹੈ, ਇਹ ਇੱਕ ਸੰਗੀਤ ਦੇ ਨਾਲ ਇੱਕ ਬਹੁਤ ਵੱਡਾ ਇਨਸਾਫ ਕਰਦੇ ਹੈ। ਔਰ ਉਹ ਫਿਰ ਬਹੁਤ ਐਪਰੀਸ਼ੀਏਟ ਕਰਦੇ ਆ, ਉਹ ਹੁਣ ਕਲਾਕਾਰਾਂ ਨੇ ਤਾਂ ਕਰਨਾ ਕਰਨਾ ਹੈ, ਅਤੇ ਪਬਲਿਕ ਜਿਹੜੀ ਆ ਉਹ ਉਸ ਤੋਂ ਵੀ ਜ਼ਿਆਦਾ ਕਰਦੀ ਹੈ ਵੀ ਇੱਥੇ ਇੱਕ ਮੰਚ ਦੇ ਉੱਤੇ ਔਰ ਇੱਕ ਗਾਣੇ ਨੂੰ ਵੱਖ ਵੱਖ ਸਾਰੇ ਕਲਾਕਾਰ ਆਪਣੇ ਤਰੀਕੇ ਨਾਲ ਗਾ ਰਹੇ ਹੈ। ਸੰਗੀਤ ਰੱਖਿਆ ਕਿ ਸੰਗੀਤ ਦਾ ਮੇਲਾ ਹੈ, ਤੇ ਪਿਤਾ ਜੀ ਦੀ ਯਾਦ ਚ ਮੇਲਾ ਹੁੰਦਾ ਤੇ ਚਾਚਾ ਜੀ ਦੀ ਯਾਦ ਚ ਮੇਲਾ ਹੁੰਦਾ। ਉਸ ਮੇਲੇ ਦੇ ਬਹਾਨੇ ਦੇ ਨਾਲ ਸਾਰੇ ਫਨਕਾਰ ਜੁੜ ਜਾਂਦੇ ਆ, ਤੇ ਫਿਰ ਉਹ ਇੱਕ ਸਾਲ ਭਰ ਦਾ ਸਾਡਾ ਯਾਨੀ ਕਹਿ ਲਈਏ ਵੀ ਖੁਰਾਕ ਸਾਡੇ ਲਈ ਉਹ ਰਹਿ ਜਾਂਦੀ ਆ, ਤੇ ਅਗਲੇ ਸਾਲ ਤੱਕ ਫਿਰ ਮਾਲਕ ਸੁੱਖ ਰੱਖੇ ਸਾਰੇ ਫਿਰ ਇਕੱਠੇ ਹੋ ਜਾਂਦੇ ਜੀ। ਸਰ ਤੁਹਾਡਾ ਅੱਗੇ ਵਾਲਾ ਸੌਂਗ ਆਇਆ ਹੈ, ਬਹੁਤ ਹੀ ਅੱਛਾ ਸੌਂਗ ਸੀ, ਪਰ ਅੱਗੇ ਹੁਣ ਕੀ ਲੈ ਕੇ ਆ ਰਹੇ ਹੋ ਸਾਡੇ ਲਈ? ਮੈਂ ਦੱਸਿਆ ਨਾ ਮਾਂ ਵਾਲਾ ਗਾਣਾ ਜੀ, ਜਿਹੜਾ ਦੇਖੋ ਮਾਂ ਕਿਹਨੂੰ ਨਹੀਂ ਪਿਆਰੀ ਹੁੰਦੀ, ਔਰ ਜਿਸ ਇਨਸਾਨ ਦੇ ਨਾਲ ਮਾਂ ਦੀਆਂ ਦੁਆਵਾਂ ਹੋਣ ਉਸ ਤੋਂ ਵੱਡਾ ਕੋਈ ਰਹਿਮਤ ਨਹੀਂ ਹੁੰਦੀ, ਹੈ ਨਾ ਜੀ। ਅਤੇ ਇਹ ਗਾਣਾ ਮੇਰਾ ਬਿਲਕੁਲ ਰੈਡੀ ਹੈ, ਅਤੇ ਉਸ ਤੋਂ ਬਾਅਦ ਵੀ ਇੱਕ ਗਾਣਾ ਹੋਰ ਮੈਂ ਰੈਡੀ ਕਰ ਲਿਆ, ਲੇਕਿਨ ਵੀ ਮੈਂ ਅਗਲੀ ਵਾਰੀ ਆ ਕੇ ਦੱਸੂੰਗਾ। ਮੈਂ ਨੇਹਾ ਜੀ ਨੇ ਮੇਰੀ ਇੰਟਰਵਿਊ ਕੀਤੀ ਸੀ, ਅਤੇ ਉਹਨਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ, ਕਹਿੰਦੇ ਜੀ ਤੁਸੀਂ ਲੇਟ ਕਿਉਂ ਕਰ ਦਿੰਦੇ? ਮੈਂ ਕਿਹਾ ਜੀ ਮੈਂ ਦੇਖ ਲਓ ਵੀ ਲਗਭਗ 1995-96 ਦੇ ਵਿੱਚ ਗਾਣਾ ਗਾਇਆ ਸੀ ਮੈਂ, ਨਾ ਵੇਦੀ ਵੀ ਤੇਰੇ ਵਾਜੇ ਦਾ, ਅਤੇ ਲੋਕ ਅੱਜ ਵੀ ਡਿਮਾਂਡ ਕਰਦੇ ਆ, ਮੈਨੂੰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਗਾਉਣਾ ਪੈਂਦਾ। ਅਤੇ ਜਦੋਂ ਉਹ ਜਿਹੜਾ ਗਾਣੇ ਦੀ ਉਮਰ ਏਡੀ ਵੱਡੀ ਹੋਵੇ, ਹੈ ਨਾ ਜੀ, ਫਿਰ ਹੋਰ ਵੀ ਮੇਰੇ ਗਾਣੇ ਆਏ, ਫਿਰ ਉਸ ਤੋਂ ਬਾਅਦ ਮੇਰੇ ਗਾਣੇ ਹਮੁੰਦਰਾ ਪੋਏ ਫਿਰਦੇ ਤੇਰੇ ਸ਼ਹਿਰ ਦੇ ਸ਼ਕੀਨ ਮੁੰਡੇ ਸਾਰੇ, ਫਿਰ ਉਹਨਾਂ ਤੋਂ ਹਟ ਕੇ ਫਿਰ ਉਹ ਗਾਣੇ ਦੀ ਵੀ ਅੱਜ ਤੱਕ ਡਿਮਾਂਡ ਆਉਂਦੀ ਹੈ, ਅਤੇ ਆਪਣੇ ਫਿਰ ਮੇਰੇ ਡਿਊਟਸ ਵੀ ਆਏ, ਡਿਊਟਸ ਆਏ ਸੁਦੇਸ਼ ਕੁਮਾਰੀ ਨਾਲ ਔਰ ਮਿਸ ਪੂਜਾ ਨਾਲ, ਔਰ ਉਹ ਵੀ ਲੋਕਾਂ ਨੇ ਪਸੰਦ ਕੀਤੇ, ਅਤੇ ਉਹਨਾਂ ਵਿੱਚ ਗਾਣਾ ਸੀ ਇੱਕ ਮੇਰਾ ਤੇ ਸੁਦੇਸ਼ ਜੀ ਦਾ ਵੀ ਦਿਓਰ ਲੱਗਦਾ ਨਾਲੇ ਜੀਜਾ ਲੱਗਦਾ, ਅਤੇ ਉਹ ਹੁਣ ਪਬਲਿਕ ਨੇ ਇੰਨਾ ਕੁ ਪਿਆਰ ਦਿੱਤਾ, ਬੇਹੱਦ ਪਿਆਰ ਦਿੱਤਾ, ਉੱਥੇ ਸਾਨੂੰ ਵਿਊਜ਼ ਦੱਸਣ ਦੀ ਲੋੜ ਨਹੀਂ ਕਿ ਸਾਡੇ ਇੰਨੇ ਵਿਊਜ਼ ਹੋ ਗਏ, ਕਿਉਂਕਿ ਹਰ ਜਿਹੜੇ ਸਾਡੇ ਗਾਣੇ ਆਏ ਹੁੰਦੇ ਲੋਕਾਂ ਤੱਕ ਪਹੁੰਚੇ ਹੁੰਦੇ ਆ ਔਰ ਲੋਕ ਆਪ ਗਾਉਂਦੇ ਹੁੰਦੇ ਆ, ਹੈ ਨਾ ਜੀ, ਇਸ ਕਰਕੇ ਉਹ ਵਿਊਜ਼ ਜਿਹੜੇ ਆ ਉਹ ਮੈਨੇ ਨਹੀਂ ਰੱਖਦੇ। ਅਤੇ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਇੰਨਾ ਲੇਟ ਕਿਉਂ ਮਤਲਬ ਗਾਣਾ ਦਿੰਦੇ ਆ? ਮੈਂ ਕਿਹਾ ਜੀ ਚਲੋ ਖੈਰ ਮੇਰੀ ਸੋਚ ਤਾਂ ਲੇਟ ਦੇਣ ਦੀ ਸੀ ਗਾਣੇ, ਪਰ ਹੁਣ ਤੁਹਾਡਾ ਇੱਕ ਮਸ਼ਵਰਾ ਮੈਨੂੰ ਮਿਲ ਗਿਆ, ਇਸ ਯੁੱਗ ਦੇ ਵਿੱਚ ਯੁੱਗ ਦੇ ਮੁਤਾਬਕ ਹੀ ਚੱਲ ਰਹੇ ਹਾਂ, ਅਤੇ ਹੁਣ 1.5-2 ਮਹੀਨੇ ਬਾਅਦ ਮੈਂ ਗਾਣਾ ਸ਼ੁਕਰੀਆ ਤੁਸੀਂ ਇਹ ਗੱਲ ਕਹੀ ਹੈ, ਪਰ ਇੱਕ ਤੁਹਾਡੇ ਕੱਲਿਆਂ ਦੀ ਨਹੀਂ ਤਕਰੀਬਨ ਗੱਲ ਇਹ ਮੇਰੇ ਨਾਲ ਜੁੜ ਗਈ ਹੈ, ਤੇ ਇਹਦੇ ਵਿੱਚ ਮੈਂ ਇਹੀ ਸਮਝਦਾ ਕਿ ਅਗਰ ਤੁਹਾਡੇ 'ਤੇ ਆਪਣੇ ਗੁਰੂ ਦਾ ਹੱਥ ਹੁੰਦਾ ਜਦੋਂ, ਤਾਂ ਉਹ ਬੰਦਾ ਫਿਰ ਹਮੇਸ਼ਾ ਤੁਹਾਡੇ ਦਿਲਾਂ ਤੱਕ ਪਹੁੰਚਦਾ ਹੀ ਰਹਿੰਦਾ, ਭਾਵੇਂ ਗਾਣੇ ਆਉਣ ਅਤੇ ਭਾਵੇਂ ਗਾਣੇ ਨਾ ਆਉਣ, ਇਹ ਉਹ ਗਾਣਿਆਂ ਦਾ ਮਤਲਬ ਨਹੀਂ ਹੁੰਦਾ, ਅਤੇ ਉਹ ਤੁਸੀਂ ਸਾਰਿਆਂ ਨਾਲ ਜੁੜੇ ਹੋਏ ਰਹਿੰਦੇ ਆ। ਅਤੇ ਤੁਸੀਂ ਇਹ ਦੇਖੋ ਵੀ ਮੇਰੇ ਜਿਹੜੇ ਆਪਣੇ ਸਟੇਜਾਂ ਆ, ਸ਼ੋਜ਼ ਨੇ ਜਿਹੜੇ ਜਾਂ ਪ੍ਰੋਗਰਾਮ ਜਿਹੜੇ ਆ, ਮੈਨੂੰ ਉਹਨਾਂ ਵਿੱਚ ਕਦੇ ਦੂਜਾ ਘਾਟਾ ਨਹੀਂ ਹੋਇਆ। ਉਹਦਾ ਰੀਜ਼ਨ ਕੀ ਹੈ? ਭਾਵੇਂ ਮੇਰਾ 20 ਸਾਲ ਗਾਣਾ ਨਹੀਂ ਆਇਆ, ਅਤੇ ਲੋਕ ਭੁੱਲ ਜਾਂਦੇ ਆ,
ਲੇਕਿਨ ਮੈਂ ਪਹਿਲਾ ਬੰਦਾ ਜਿਹਨੂੰ ਭੁੱਲਿਆ ਕੋਈ ਨਹੀਂ ਨਹੀਂ ਭੁੱਲਦੇ ਸਰ ਯਾਦ ਰੱਖਿਆ ਸਾਰਿਆਂ ਨੇ ਉਹੀ ਤਾਂ ਗੱਲ ਹੈ ਕਿ ਜਦੋਂ ਅਸੀਂ ਸੂਫੀ ਵਗੈਰਾ ਸੌਂਗ ਸੁਣਦੇ ਆ ਨਾ ਤੇ ਅਸੀਂ ਇੱਕ ਵਾਰ ਤੁਹਾਨੂੰ ਸੁਣ ਕੇ ਨਾ ਅਸੀਂ ਪਤਾ ਨਹੀਂ ਕਦੋਂ ਤੱਕ ਯਾਦ ਰੱਖਦੇ ਆ ਗੁਣਗੁਣਾਉਂਦੇ ਆ ਪਰ ਜਦੋਂ ਅਸੀਂ ਕੋਈ ਅਸਲਾ ਵਗੈਰਾ ਦੇ ਗਾਣੇ ਸੁਣਦੇ ਆ ਤੁਹਾਨੂੰ ਲੱਗਦਾ ਹੈ ਕਿ ਅਸੀਂ ਗੁਣਗੁਣਾਉਂਦੇ ਆ ਜਾਂ ਯਾਦ ਰੱਖਦੇ ਉਸ ਮਾਹੌਲ ਦੇ ਵਿੱਚ ਅਸੀਂ ਰਹਿੰਦੇ ਆ ਦੇਖੋ ਉਹ ਤਾਂ ਫਿਰ ਉਹੀ ਗੱਲ ਆ ਗਈ ਨਾ ਉਹ ਗਾਣਾ ਤੁਹਾਨੂੰ ਉਦੋਂ ਚੰਗਾ ਲੱਗਣਾ ਜੋ ਤੁਸੀਂ ਕਿੰਨਾ ਲੜਾਈ ਲੜੂਈ ਕਰਨ ਗਏ ਨਾ ਫਿਰ ਤੁਹਾਨੂੰ ਯਾਦ ਆਉਣਾ ਵੀ ਫਲਾਨਾ ਗਾਣਾ ਏਦਾਂ ਦਾ ਸੀ ਤੇ ਅਦਰਵਾਈਜ਼ ਨਹੀਂ ਜਿਹਨ ਚ ਨਹੀਂ ਰਹਿੰਦਾ ਇਹ 18-20 ਸਾਲ ਦੀ ਉਮਰ ਜਿਹੜੀ ਨਾ ਇੱਕ ਬੜੀ ਬਚਪਨਾ ਹੁੰਦਾ ਹੈ ਉਹ ਕੋਰਾ ਕਾਗਜ਼ ਹੁੰਦਾ ਤੇ ਉਹਦੇ ਲਈ ਇਹੋ ਜਿਹੇ ਗਾਣੇ ਜਿਹੜੇ ਆ ਉਹ ਕਈ ਵਾਰੀ ਉਹ ਬਹੁਤ ਪਸੰਦ ਕਰਦੇ ਲਾਈਕ ਕਰਦੇ ਆ ਲੇਕਿਨ ਜਦੋਂ ਅਸੀਂ ਉਹਨਾਂ ਨੂੰ ਚੰਗਾ ਗਾਣਾ ਭਾਵੇਂ ਧੱਕੇ ਨਾ ਸੁਣਾਈਏ ਤੇ ਜਦੋਂ ਚੰਗਾ ਗਾਣਾ ਵੀ ਸੁਣਾਉਂਦੇ ਫਿਰ ਉਹਨਾਂ ਨੂੰ ਲੱਗਦਾ ਵੀ ਨਹੀਂ ਆ ਵੀ ਗਾਣਾ ਬਹੁਤ ਅੱਛਾ ਹੈ ਸਰ ਹੁਣ ਤੱਕ ਨਾ ਤੁਸੀਂ ਕਿੰਨੇ ਕੇ ਗਾਣੇ ਗਾ ਚੁੱਕੇ ਹੋਗੇ ਹਾਂਜੀ ਗਾਣੇ ਮੇਰਾ ਖਿਆਲ ਹੈ ਵੀ ਜੇ ਜ਼ਿਆਦਾ ਨਹੀਂ ਤੇ ਕਿੰਨੇ ਕੇ ਗਾਣੇ ਗਾਏ ਹੋਣਗੇ ਤੁਸੀਂ ਮਤਲਬ ਕਿੰਨੇ 80-90 ਗਾਣੇ ਤਾਂ ਹੋ ਗਏ ਹੋਣਗੇ ਕਿਉਂਕਿ ਸਰ ਤੁਹਾਡਾ ਸਫ਼ਰ ਬਹੁਤ ਲੰਬਾ ਹੈ ਨਾ ਹਾਂਜੀ ਮਤਲਬ ਤੇ ਉਹ ਬਸ ਕਿਉਂਕਿ ਕਈ ਪਿਛਲੇ ਦਹਾਕਿਆਂ ਦੇ ਵਿੱਚ ਜਦੋਂ ਨਵੇਂ ਸਾਲ ਦਾ ਪ੍ਰੋਗਰਾਮ ਚੱਲਦਾ ਸੀ ਜਲੰਧਰ ਦੂਰਦਰਸ਼ਨ ਤੋਂ ਤੇ ਉਸ ਵੇਲੇ ਗਾਣਾ ਕੋਈ ਨਾ ਕੋਈ ਨਵਾਂ ਦੇਣਾ ਪੈਂਦਾ ਸੀ ਫਿਰ ਕੋਈ ਚੈਨਲ ਵਾਲਿਆਂ ਦੇ ਉੱਤੇ ਗਾਣੇ ਚੱਲਦੇ ਸੀ ਉਦੋਂ ਗਾਣੇ ਦੇ ਪਰ ਉਹ ਕੁੱਲ ਟੋਟਲ ਇੰਨੇ ਆ ਗਿਆ ਹੋਣੇ ਆ ਹੋ ਸਕਦਾ ਘੱਟ ਵੀ ਹੋਣ ਲੇਕਿਨ ਜ਼ਿਆਦਾ ਨਹੀਂ ਸਰ ਜਦੋਂ ਨਾ ਕੁਆਂਟੀਟੀ ਜਿਹੜੀ ਉਹ ਬਹੁਤ ਜ਼ਿਆਦਾ ਨਹੀਂ ਰੱਖੀ ਸ਼ੋਧਾ ਮਤਲਬ ਜਿਹੜੇ ਵੀ ਗਾਣੇ ਗਾਏ ਆ ਉਹ ਸਾਰਿਆਂ ਨੂੰ ਯਾਦ ਹੈ ਤਕਰੀਬਨ ਹਾਂਜੀ ਤੇ ਸਰ ਜਿੱਦਾਂ ਨਾ ਜਦੋਂ ਤੁਸੀਂ ਗਾਇਕੀ ਸ਼ੁਰੂ ਕੀਤੀ ਸੀ ਨਾ ਉਦੋਂ ਤਾਂ ਕੋਈ ਸੋਸ਼ਲ ਮੀਡੀਆ ਨਹੀਂ ਸੀ ਕੋਈ ਮੈਨੂੰ ਲੱਗਦਾ ਕਿ ਦੂਰਦਰਸ਼ਨ ਸੀ ਹੈ ਨਾ ਕਿ ਆਪਣੀ ਸਿੰਗਿੰਗ ਕਿਸੇ ਤੱਕ ਪਹੁੰਚਾਉਣ ਦੇ ਲਈ ਅੱਜ ਤਾਂ ਬਹੁਤ ਸਾਰੇ ਮਾਧਿਅਮ ਆ ਉਸ ਸਮੇਂ ਮੁਸ਼ਕਿਲ ਹੁੰਦਾ ਸੀ ਕਿ ਜਿਹੜਾ ਮੈਂ ਗਾਣਾ ਗਾਇਆ ਹੈ ਉਹ ਲੋਕਾਂ ਤੱਕ ਪਹੁੰਚੇ ਨਾ ਜੀ ਨਾ 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 ਦੇਖੋ ਪਹਿਲੀ ਗੱਲ ਤਾਂ ਇਹ ਸੀਗੀ ਵੀ ਦੂਰਦਰਸ਼ਨ ਜਿਹੜਾ ਆ ਉਹ ਇੱਕ ਬਹੁਤ ਵੱਡਾ ਕਲਾਕਾਰਾਂ ਲਈ ਮਸੀਹਾ ਦਾ ਕੰਮ ਕਰਦਾ ਸੀ ਹੈ ਨਾ ਜੀ ਅਤੇ ਅੱਜ ਵੀ ਕਰਦਾ ਪਹਿਲਾਂ ਵੀ ਕਰਦਾ ਸੀ ਅਤੇ ਦੂਰਦਰਸ਼ਨ ਤੋਂ ਇੱਕ ਵਾਰੀ ਗਾਣਾ ਵੱਜਿਆ ਅਤੇ ਉਹ ਦੇ ਲਓ ਜਿਹੜਾ ਗਾਣਾ ਲੋਕਾਂ ਨੂੰ ਪਸੰਦ ਆ ਗਿਆ ਅਤੇ ਤੁਸੀਂ ਸਟਾਰ ਦੂਸਰੇ ਦਿਨ ਸਟਾਰ ਹੈ ਮਤਲਬ ਇਹ ਗੱਲ ਕਰ ਸਕਦੇ ਹਾਂ ਔਰ ਦੂਰਦਰਸ਼ਨ ਨੇ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਉੱਥੋਂ ਮਤਲਬ ਗਾ ਕੇ ਦੇ ਸਟਾਰ ਬਣੇ ਆ ਔਰ ਸਥਾਪਿਤ ਨਾਮ ਉਹਨਾਂ ਦੇ ਹੋਏ ਆ ਔਰ ਉਹ ਬਹੁਤ ਮੁਕੰਮਲ ਕਲਾਕਾਰ ਹੋਏ ਆ ਜਿਹੜੇ ਦੂਰਦਰਸ਼ਨ ਤੋਂ ਨਿਕਲ ਕੇ ਆਏ ਆ ਹਾਂ ਅਤੇ ਇਹ ਜਿਹੜਾ ਹੁਣ ਦਾ ਯੁੱਗ ਹੈ ਹੁਣ ਤਾਂ ਤੁਸੀਂ ਗਾਣਾ ਇੱਥੇ ਪਿੱਛੇ ਜਿਹੇ ਜੀ ਕਹਿੰਦੇ ਆਪਣੇ ਉਹ ਕੀ ਇੱਕ ਪੁੱਛਾਂ ਵਾਲਾ ਸੀ ਭਾਈ ਮੁੰਡਾ ਕੀ ਨਾਮ ਬੜਾ ਉਹਦਾ ਹੁੰਦਾ ਸੀਗਾ ਯੂਟਿਊਬ ਦੇ ਉੱਤੇ ਬੜਾ ਨਾਮ ਸੀ ਹਾਂ ਉਹਨਾਂ ਦਾ ਨਾਮ ਸੀ ਚੀਮਾ ਦੇਖੋ ਉਹਨਾਂ ਦਾ ਨਾਮ ਕਿੰਨਾ ਬਣ ਗਿਆ ਚੀਮਾ ਹਰਮਨ ਚੀਮਾ ਹਰਮਨ ਚੀਮਾ ਹਰਮਨ ਚੀਮਾ ਇਸ ਤਰੀਕੇ ਦਾ ਨਾਮ ਬਣ ਗਿਆ ਅਤੇ ਪਰ ਉਹ ਜੇ ਹੁਣ ਸਿੱਖੇ ਹੁੰਦੇ ਤਾਂ ਉਹਨਾਂ ਨੂੰ ਗਾ ਸਕਦੇ ਸੀ ਚਲੋ ਇਸੇ ਤਰੀਕੇ ਨਾਲ ਹੁਣ ਪਿੱਛੇ ਜਿਹਾ ਇੱਕ ਪਤਾ ਨਹੀਂ ਏਜ ਕਿੰਨੀ ਹੋਣੀ ਹੈ ਉਹ ਇੱਕ ਮੁੰਡਾ ਮੁੱਖ ਮੰਤਰੀ ਬਣ ਗਿਆ ਹੈ ਨਾ ਜੀ ਅਤੇ ਉਹ ਮੁੱਖ ਮੰਤਰੀ ਦੇ ਲੋ ਪਿੱਛਾ ਆ ਗਿਆ ਉਹ ਚਲੋ ਸਾਰੀਆਂ ਗੱਲਾਂ ਛੱਡੋ ਤੁਸੀਂ ਹੁਣ ਦਾ ਤਾਂ ਮਤਲਬ ਇੰਨਾ ਮੀਡੀਆ ਦਾ ਸਹਿਯੋਗ ਹੈ ਵੀ ਕਲਾਕਾਰ ਦਾ ਚਲੋ ਭਾਵੇਂ ਕੋਈ ਉਹ ਪੀਪਾ ਜਿਹਾ ਵਜਾ ਕੇ ਇੱਕ ਮੁੰਡਾ ਪਿੱਛੇ ਜਿਹੇ ਉਹ ਬੱਬੂ ਮਾਨ ਸਾਹਿਬ ਨੇ ਮੁੰਡੇ ਨੂੰ ਸਪੋਰਟ ਕੀਤਾ ਸੀ ਅਤੇ ਨਾਮ ਮੈਨੂੰ ਪਤਾ ਨਹੀਂ ਕੀ ਉਹਨਾਂ ਦਾ ਉਹ ਪੀਪਾ ਜਿਹਾ ਵਜਾ ਕੇ ਪਤਾ ਨਹੀਂ ਉਹਨੇ ਕੀ ਗਾਇਆ ਸੀਗਾ ਉਹ ਤਾਂ ਵੀ ਹਿੱਟ ਹੋ ਗਿਆ ਚਲੋ ਉਹਨਾਂ ਨੇ ਗੁਣਗੁਣਾਇਆ ਅਤੇ ਹਿੱਟ ਹੋ ਗਿਆ ਤੁਸੀਂ ਇਹ ਦੇਖੋ ਵੀ ਇੱਕ ਸਾਡੇ ਜਲੰਧਰ ਸ਼ਹਿਰ ਦੀ ਹਸਤੀ ਆ ਨੀਟੂ ਸ਼ਟਰਾਂ ਵਾਲਾ ਜੀ ਬਿਲਕੁਲ ਲੈ ਦੇਖ ਲਓ ਅਸੀਂ ਖੁਦ ਇੰਟਰਵਿਊ ਕੀਤਾ ਅੱਛਾ ਉਹਦਾ ਵੀ ਕੀਤਾ ਹੈ ਬਹੁਤ ਚੰਗਾ ਕਰਨਾ ਚਾਹੀਦਾ ਸੀ ਤੇ ਉਹ ਬੰਦੇ ਨੂੰ ਘਰ ਦੀਆਂ ਪਤਾ ਨਹੀਂ 4-5 ਵੋਟਾਂ ਪਈਆਂ ਪਤਾ ਨਹੀਂ ਕੀ ਹੋਇਆ ਲੇਕਿਨ ਉਹ ਮੀਡੀਆ ਨੇ ਐਡਾ ਉਹਨੂੰ ਚੁੱਕਿਆ ਐਡਾ ਉਹਨੂੰ ਚੁੱਕਿਆ ਤੇ ਹਰ ਬੰਦਾ ਜਾਣਨ ਲੱਗ ਪਿਆ ਵੀ ਆਹ ਨੀਟੂ ਸ਼ਟਰਾਂ ਵਾਲਾ ਜੀ ਤੇ ਇਹ ਇਹ ਅੱਜ ਕੱਲ੍ਹ ਦਾ ਹੁਣ ਤਾਂ ਬਹੁਤ ਸੌਖਾ ਹੋ ਗਿਆ ਬਹੁਤ ਈਜ਼ੀ ਹੋ ਗਿਆ ਲੋਕਾਂ ਤੱਕ ਪਹੁੰਚਣਾ ਬਹੁਤ ਸੌਖਾ ਬਹੁਤ ਸੌਖਾ ਹੋ ਗਿਆ ਪਰ ਨਹੀਂ ਸਰ ਕੋਈ ਬਹੁਤ ਸਿੰਗਰ ਵੀ ਨੇ ਜਿਹੜੇ ਇਦਾਂ ਮਤਲਬ ਕਿ ਥੋੜਾ ਗਾਇਕੀ ਦੇ ਵਿੱਚ ਨਹੀਂ ਨੇ ਉਹ ਹਿੱਟ ਹੋ ਜਾਂਦੇ ਨੇ ਕਈ ਚੰਗੀ ਗਾਇਕੀ ਨਾਲ ਹੋ ਜਾਂਦੇ ਨੇ ਕਈ ਮਾੜੀ ਗਾਇਕੀ ਦੇ ਨਾਲ ਹੋ ਜਾਂਦੇ ਨੇ ਬਟ ਬਹੁਤ ਸਾਰੇ ਅਜਿਹੇ ਸਿੰਗਰਸ ਨੇ ਜਿਨ੍ਹਾਂ ਨੂੰ ਸੱਚੀ ਸੋਰਸ ਨਹੀਂ ਹੈ ਉਸ ਥਾਂ ਤੇ ਪਹੁੰਚਣ ਦੇ ਲਈ ਪਰ ਜੇ ਉਹਨਾਂ ਦੀ ਗਾਇਕੀ ਸੁਣੀਏ ਬਾ ਕਮਾਲ ਹੁੰਦੀ ਹੈ ਹਾਂ ਉਹ ਉਹਨੂੰ ਇਹ ਕਹਿ ਸਕਦੇ ਆ ਕਿ ਉਹਨੂੰ ਮਾਲਕ ਨੇ ਸੁਰ ਦੇ ਦਿੱਤਾ ਹੈ ਨਾ ਜੀ ਲੇਕਿਨ ਜਿਹੜੀ ਕਿਸਮਤ ਦੇ ਸਟਾਰ ਹੁੰਦਾ ਉਹ ਨਹੀਂ ਦਿੱਤਾ ਹੈ ਨਾ ਜੀ ਅਤੇ ਅਗਰ ਮਤਲਬ ਉਹਨਾਂ ਨੂੰ ਮਾਲਕ ਨੇ ਇਹ ਬਖਸ਼ਿਸ਼ ਕੀਤੀ ਹੁੰਦੀ ਹੈ ਨਾ ਅਤੇ ਜ਼ਰੂਰ ਉਹਨਾਂ ਦਾ ਵੀ ਨਾਮ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰੀਤ ਜੀ ਬਈ
ਸਾਡੇ ਪੰਜਾਬ ਦੇ ਵਿੱਚ ਬੱਚੇ ਇੰਨੇ ਕੁ ਸੁਰੀਲੇ ਆ ਕਿ ਬੱਚੇ ਵੀ ਕਈ ਸਾਡੀਆਂ ਉਮਰਾਂ ਦੇ ਵੀ ਹੋਣਗੇ ਜਿਹੜੇ ਬਹੁਤ ਅੱਛਾ ਗਾਉਂਦੇ ਆ, ਬਹੁਤ ਅੱਛਾ ਗਾਉਂਦੇ ਆ, ਲੇਕਿਨ ਉਹ ਵੀ ਸੋਚਦੇ ਆ ਵੀ ਅਸੀਂ ਕਿਉਂ ਨਹੀਂ ਪਬਲਿਕ ਦੇ ਸਾਹਮਣੇ ਆ ਸਕੇ, ਸਾਡੇ 'ਚ ਕੀ ਘਾਟ ਹੈ। ਅਤੇ ਉਹਨਾਂ 'ਚ ਇੱਕੋ ਹੀ ਘਾਟ ਹੈ ਕਿ ਉਹ ਲਿਖਣ ਵਾਲੀ ਬਹਿ ਮਾਤਾ ਨੇ ਉਹਨਾਂ ਦੇ ਲੇਖ ਐਸੇ ਲਿਖ ਦਿੱਤੇ ਆ ਕਿ ਸੁਰ ਤਾਂ ਦੇ ਦਿੱਤਾ ਲੇਕਿਨ ਨਾਮ ਉਹ ਨਾਲ ਸਟਾਰ ਜਿਹੜਾ ਸੀ ਉਹ ਨਹੀਂ ਲਿਖਿਆ ਕਿ ਤੂੰ ਭਾਈ ਸਟਾਰ ਬਣਨਾ। ਵੈਸੇ ਮੇਰਾ ਮੰਨਣਾ ਆ ਕਿ ਜਿਹੜਾ ਬੰਦਾ ਅੱਜ ਦਾ ਸਟਾਰ ਬਣਦਾ ਹੈ ਨਾ ਜੀ, ਤੁਸੀਂ ਦੇਖ ਲਓ ਵੀ ਕਿੰਨੇ ਅੱਜ ਦੇ ਸਟਾਰ ਨਵੇਂ ਮੁੰਡੇ ਹੁਣ ਜਿਹੜੇ ਅੱਜ ਦੀ ਗੱਲ ਕਰਦੇ ਆ ਉਹ ਕਿੰਨੇ ਨਾਮਾਵਰ ਬਣੇ ਆ, ਹੈ ਨਾ ਜੀ। ਲੇਕਿਨ ਜੇ ਅਸੀਂ ਕਹੀਏ ਵੀ ਉਹਨਾਂ ਨੇ ਇਸ ਜਨਮ ਵਿੱਚ ਉਹ ਕੋਈ ਆਪਣੇ ਸੰਗੀਤ ਦੀ ਇਬਾਦਤ ਕੀਤੀ ਹੋਊਗੀ, ਉਹ ਬਿਲਕੁਲ ਗਲਤ ਗੱਲ ਹੈ। ਮੇਰਾ ਇਹ ਮੰਨਣਾ ਹੈ ਕਿ ਉਹਨਾਂ ਨੂੰ ਪੁਰਾਣਾ ਕੋਈ ਉਹਨਾਂ ਦੀ ਤਪੱਸਿਆ ਕੀਤੀ ਜਿਹੜੀ ਵਾਰ ਆਈ ਹੈ ਅਤੇ ਮਾਲਕ ਉਹਨਾਂ ਦੇ ਖੁਸ਼, ਮਾਲਕ ਨੇ ਖੁਸ਼ ਹੋ ਕੇ ਉਹਨਾਂ ਨੂੰ ਸਟਾਰ ਬਣਾ ਤਾ ਔਰ ਵੱਡੇ ਸਟਾਰ। ਸਰ ਜਿਹੜੇ ਸਿੰਗਰਸ ਆ ਉਹ ਕਿਤੇ ਨਾ ਕਿਤੇ ਐਕਟਰ ਵੀ ਬਣ ਰਹੇ ਨੇ, ਹੈ ਨਾ, ਤੁਹਾਡੇ ਕਦੇ ਦਿਲ 'ਚ ਨਹੀਂ ਆਇਆ ਹਾਂਜੀ ਕਿ ਮੈਂ ਵੀ ਸਿੰਗਰ ਦੇ ਨਾਲ ਨਾਲ ਐਕਟਰ ਹੋਵਾਂ? ਮੈਂ ਵੈਸੇ ਇਹ ਨਹੀਂ ਕਦੇ ਦਿਲ 'ਚ ਆਈ, ਅਤੇ ਜਦੋਂ ਮੈਂ ਸਟੇਜ ਦੇ 'ਤੇ ਪਰਫੋਰਮ ਕਰਦਾ ਅਤੇ ਉਸ ਵੇਲੇ ਮੈਂ ਜ਼ਰੂਰ ਐਕਟਰ ਬਣਿਆ ਹੁੰਦਾ। ਮੇਰੇ ਕਈ ਗਾਣੇ ਇਹੋ ਜਿਹੇ ਆ, ਇੱਕ ਮੇਰਾ ਗਾਣਾ ਆਇਆ ਸੀ 1995-96 'ਚ ਕਾ ਤੂੰ ਇੰਨੀਆਂ ਕੱਢਦਾ ਗਾਲਾਂ ਵੀ ਗਾਲਾਂ ਜਿਹੜੀਆਂ ਅੱਗ ਦੀਆਂ ਨਾਲ ਸੋਫੀ ਵਿੱਚ ਨਾ ਪੀਤੀ ਵਾਲਾ ਲੰਘਣ ਦੇਵੇ ਕੋਲ ਦੀ, ਅੱਜ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ ਦਾਰੂ। ਹੁਣ ਜਦੋਂ ਇਹ ਗਾਣੇ ਨੂੰ ਮੈਂ ਪਰਫੋਰਮ ਕਰਦਾ ਹਾਂ ਅਤੇ ਉਸ ਵੇਲੇ ਫਿਰ ਹੁਣ ਤਾਂ ਮੈਂ ਦੱਸ ਨਹੀਂ ਸਕਦਾ ਕਿਉਂਕਿ ਸਟੇਜ 'ਤੇ ਦੱਸੂੰਗਾ, ਅਤੇ ਉਸ ਵੇਲੇ ਤੁਸੀਂ ਦੇਖੋ ਉਸ ਵੇਲੇ ਮੈਂ ਪੂਰਾ ਐਕਟਰ ਹੁੰਦਾ, ਪੂਰੀ ਮਸਤੀ 'ਚ ਹੁੰਦਾ, ਮੈਨੂੰ ਕੋਈ ਪਤਾ ਨਹੀਂ ਵੀ ਕੀ ਹੋ ਰਿਹਾ, ਕੈਮਰਾ ਕੀ ਮੇਰਾ ਕੈਚ ਕਰ ਰਿਹਾ, ਕੀ ਕੋਈ ਬੰਦਾ ਮੈਨੂੰ ਕੀ ਪਕੜ ਕਰ ਰਿਹਾ, ਅਤੇ ਮੈਂ ਆਪਣੀ ਮਸਤੀ 'ਚ ਉਹ ਆਪਣਾ ਪੂਰਾ ਪਰਫੋਰਮ ਕਰ ਰਿਹਾ। ਅਤੇ ਬਟ ਇਹ ਨਹੀਂ ਮੇਰੇ ਕਦੇ ਜ਼ਿਹਨ 'ਚ ਆਇਆ ਕਿ ਮੈਂ ਵੀ ਦਲਜੀਤ ਦੋਸਾਂਝ ਬਣ ਜਾਵਾਂ ਜਾਂ ਮੈਂ ਵੀ ਗਿੱਪੀ ਗਰੇਵਾਲ ਬਣ ਜਾਵਾਂ ਜਾਂ ਮੈਂ ਵੀ ਕੋਈ ਹੋਰ ਸਿੰਗਰ ਬਣ ਜਾਵਾਂ ਜਿਹਦੇ ਨਾਲ ਮੈਂ ਫਿਲਮਾਂ ਦੇ ਵਿੱਚ ਆਵਾਂ। ਅਤੇ ਮੈਂ ਤਾਂ ਇਹੀ ਕਹਿੰਦਾ ਵੀ ਜਿਹੜੇ ਆ ਗਏ ਆ ਉਹ ਬਹੁਤ ਅੱਛੇ ਆ, ਜਿਹੜੇ ਆਉਣ ਵਾਲੇ ਆ ਉਹ ਵੀ ਬਹੁਤ ਅੱਛੇ ਆ, ਲੇਕਿਨ ਹੋ ਸਕਦਾ ਸਾਡੀ ਉਹ ਕਿਸਮਤ ਵਿੱਚ ਨਹੀਂ ਲਿਖਿਆ ਤੇ ਮੈਂ, ਪਰ ਉਹਦੇ ਬਾਰੇ ਕਦੇ ਸੋਚਿਆ ਨਹੀਂ। ਪਰ ਨਹੀਂ ਸਰ, ਹਲੇ ਤਾਂ ਤੁਹਾਡਾ ਸਫ਼ਰ ਬਹੁਤ ਲੰਬਾ, ਹਲੇ ਜਾਣਾ ਹੈ, ਕੀ ਪਤਾ ਅਸੀਂ ਤੁਹਾਨੂੰ ਫਿਊਚਰ 'ਚ ਦੇਖ ਹੀ ਲਈਏ। ਅੱਛਾ, ਹੋ ਸਕਦਾ। ਚਲੋ ਫਿਰ ਦੁਆ ਅਰਦਾਸ ਕਰਿਓ ਤੇ ਮਾਲ ਕਰੇ ਜ਼ਰੂਰ ਉੱਥੇ ਵੀ ਆਪਾਂ ਜ਼ਰੂਰ ਫਿਰ ਡਰਾਮਾ ਕਰਕੇ ਆਵਾਂਗੇ। ਜੀ ਸਰ, ਇੱਕ ਸੌਂਗ ਨਹੀਂ ਸੁਣਿਆ ਸੀ, ਕਿਹੜਾ ਜੀ? ਬਾਜਰੇ ਸ਼ਾਕੀ ਕੌਰ ਹੋ ਜਵੇ ਬਾਜਰਾ ਤਾਂ ਹੁਣ ਵਿਚਾਰੇ ਨੂੰ ਹੁਣ ਰਹਿਣ ਦਿਓ, ਮੈਂ ਉਹਦਾ ਖਾ ਬਾਜਰਾ ਖਾ ਖਾ ਕੇ ਤੇ ਮੈਂ ਬੁੱਢਾ ਹੋ ਚੱਲਿਆ। ਸਰ ਇੱਕ ਵਾਰ ਪਲੀਜ਼। ਅੱਛਾ ਜੀ, ਲਓ ਜੀ ਬਾਜਰੀ ਰੱਖੀ ਦੀ ਫਰਮਾਇਸ਼ ਤੁਸੀਂ ਆਪੇ ਕੀਤੀ ਤੇ ਆਪੇ ਹੁਣ ਤਾਰੀਆਂ ਵੀ ਚੱਲ ਤੁਸੀਂ ਚਲੋ ਗਾਈ ਚਲੋ। ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰੱਖੀ, ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰੱਖੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ ਵੇ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰੱਖੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰੱਖੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰੱਖੀ। ਹਾਂ ਜੇ ਮੈਂ ਅੱਡੀ ਮਾਰੀ ਉਡਾਵਾਂ, ਜੇ ਮੈਂ ਤੁਹਾਡਾ ਦਿਲ ਦਚੜੇ ਨੂੰ ਕਰਦਾ, ਜੇ ਮੈਂ ਅੱਡੀ ਮਾਰੀ ਉਡਾਵਾਂ, ਜੇ ਮੈਂ ਅੱਡੀ ਸੋਹਣੀਆਂ ਮਾਰੀ ਉਡਾਵਾਂ, ਜੇ ਮੈਂ ਅੱਡੀ ਮਾਰੀ ਉਡਾਵਾਂ ਵੇ ਮੇਰੀ ਝਾਂਜਰ ਲੈਂਦੀ, ਝਾਂਜਰ ਲੈਂਦੀ, ਝਾਂਜਰ ਲੈਂਦੀ ਵੇ, ਝਾਂਜਰ ਲੈਂਦੀ, ਝਾਂਜਰ ਲੈਂਦੀ, ਝਾਂਜਰ ਲੈਂਦੀ ਵੇ ਤੇਰੇ ਬਾਜਰੇ ਦੀ ਰਾਖੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰਾਖੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ, ਮੈਂ ਨਾ ਵਿੰਦੀ ਵੇ ਤੇਰੇ ਬਾਜਰੇ ਦੀ ਰਾਖੀ। ਸੱਚੀ ਸਰ, ਮੇਰਾ ਦਿਲ ਨੱਚਣੇ ਗਾ ਰਿਹਾ ਸੀ, ਕਿਉਂਕਿ ਮੈਂ ਕਿਹਾ ਨਾ ਕਿ ਤੁਹਾਡੇ ਸੌਂਗ ਦੇ ਵਿੱਚ ਬਿਲਕੁਲ ਬਹੁਤ ਐਨਰਜੀ ਹੁੰਦੀ ਹੈ, ਤੇ ਇਹ ਗੱਲ ਅਫਵਾਹ ਮੈਨੂੰ ਲੱਗਦਾ ਕਿ ਸਦੀਆਂ ਚੱਲਣਗੀਆਂ, ਹੁਣ ਕਿ ਸਰ ਕੁਛ ਸੱਚੀ ਲੈ ਕੇ ਗਾਉਂਦੇ ਹੁੰਦੇ ਸੀ, ਸਦੀਆਂ ਤੱਕ ਇਹ ਗੱਲਾਂ ਚੱਲਣਗੀਆਂ। ਤੁਹਾਡੀ ਬਹੁਤ ਮਿਹਰਬਾਨੀ। ਬਸ ਨਾਮ ਕੁਮਾਰੀ ਨਾਮਕਾ, ਨਾਮ ਕੁਮਾਰੀ ਨਾਮਕਾ ਚੜ੍ਹੀ ਰਹੇ ਦਿਨ ਰਾਤ, ਔਰ ਜਿਹੜਾ ਬੰਦਾ ਉਹਦਾ ਨਸ਼ਾ ਕਰ ਲੈਂਦਾ ਤੇ ਉਹ ਉਤਰਦਾ ਹੀ ਨਹੀਂ ਹੈ, ਹੈ ਨਾ ਜੀ। ਤੇ ਇਸੇ ਤਰੀਕੇ ਨਾਲ ਮੇਰਾ ਖਿਆਲ ਹੈ ਕਿ ਚੰਗੀ ਗੱਲ ਹੈ ਜੀ। ਸਰ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ, ਬਹੁਤ ਬਹੁਤ ਤੁਹਾਡਾ ਥੈਂਕ ਯੂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਹਫਤੇ ਬਾਅਦ ਤੁਸੀਂ ਫਿਰ ਸਾਡੇ ਸਟੂਡੀਓ ਦੇ ਵਿੱਚ ਆਓ ਨਵੇਂ ਗਾਣੇ ਦੇ ਨਾਲ। ਨਾ ਜੀ ਨਾ, ਇੰਨੀ ਜਲਦੀ ਨਹੀਂ ਆਪਾਂ, ਮੈਂ ਘੱਟੋ ਘੱਟ ਇੱਕ ਮਹੀਨਾ ਜਾਂ ਡੇਢ ਮਹੀਨੇ ਦਾ ਗੈਪ ਪਾ ਕੇ, ਉਹ ਵੀ ਨੇਹਾ ਜੀ ਨਾਲ ਮੈਂ ਆਰਾਮ ਲਾਉਣਾ ਆ,
ਤੇ ਨਾਲੇ ਉਹਨਾਂ ਨੂੰ ਦੱਸ ਕੇ ਵੀ ਆਉਣਾ ਵੀ ਨੇਹਾ ਜੀ ਮੈਂ ਦੇਖ ਲਾ ਹੁਣ ਗੈਰ ਨਹੀਂ ਗਿਆ ਜੀ ਬਿਲਕੁਲ ਜੀ ਜੀ ਤੇ ਸਰ ਬਹੁਤ ਬਹੁਤ ਥੈਂਕ ਯੂ ਤੁਸੀਂ ਆਏ ਅਗਲੀ ਵਾਰ ਫੇਰ ਆਇਓ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਸੋ ਇਹ ਸਨ ਸਾਡੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੈਜੈਂਡ ਸਿੰਗਰ ਬੂਟਾ ਮੁਹੰਮਦ ਜੀ ਅਗਲੀ ਵਾਰ ਹੋਰ ਵੀ ਕਲਾਕਾਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ